ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਟਲਦੀ ਸ਼ਾਮ ਅਸੀਂ ਸਤਸੰਗਤ ਦਾ ਇਹ ਸਮਾਂ ਮਾਣ ਪਾ ਰਹੇ ਹਾਂ। ਉਹ ਭਾਗੀ ਹਾਂ ਲਗਾਤਾਰਤਾ ਦੇ ਨਾਲ ਜੋ ਰਚਨਾ ਜਪਜੀ ਸਾਹਿਬ ਜਪ ਨਿਸ਼ਾਨ ਵਿਚਾਰਨ ਦਾ ਸੁਭਾਗ ਬਣਿਆ ਹੈ, ਉਸ ਵਿੱਚ ਅੱਜ 15th ਨੰਬਰ ਜੋ ਪੌੜੀ ਹੈ ਉਸ ਦੀ ਅਸੀਂ ਤਕਰੀਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਓ ਜਿਵੇਂ ਕਿ ਆਪ ਵਾਕਫਿਤ ਰੱਖਦੇ ਹੋ, ਫਤਿਹ ਦੀ ਸਾਂਝ ਨਾਲ ਆਪਾਂ ਇਸ ਪਾਵਨ ਪੌੜੀ ਦਾ ਪਾਠ ਕਰਦੇ ਹਾਂ। ਦੋ ਵਾਰੀ ਦੁਹਰਾਵਾਂਗੇ ਇਕੱਠੇ। ਉਪਰੰਤ ਜੋ ਪੌੜੀ ਕੱਲ੍ਹ ਵਿਚਾਰੀ ਸੀ 14th ਨੰਬਰ, ਉਹਦੀ ਪੰਕਤੀ ਬਾ ਪੰਕਤੀ ਅਸੀਂ ਟਰਾਂਸਲੇਟ ਕਰਨਾ ਫਤਿਹ ਬੁਲਾਉਣੀ, ਅਤੇ ਫਿਰ ਨਾਲ ਹੀ ਪਾਠ ਦੀ ਪ੍ਰੰਪਤਾ ਕਰੀਏ। ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਖੋਏ। ਬਹੁਤ ਅੱਛਾ, ਇੱਕ ਵਾਰੀ ਹੋਰ ਟਰਾਈ ਕਰਦੇ ਹਾਂ। ਸੋ ਅਸੀਂ ਇਸ ਪਾਵਨ ਬਚਨ ਨੂੰ ਸੁਰਤ ਚ ਮਾ ਸਕੀਏ। ਸੁਆਓ ਮਨ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਮਨ ਜਾਣੈ ਮਨ ਕੋਏ। ਸ਼ੁਕਰੀਆ। ਪ੍ਰੋਨਾਉਂਸੀਏਸ਼ਨ ਵਾਸਤੇ ਲਾਂ ਦੁਲਾਂ ਦਾ ਫਰਕ ਫਿਰ ਆਪਾਂ ਨੇ ਚੇਤੇ ਰੱਖਣਾ ਹੈ। ਇਹਦੇ 'ਚ ਜੋ ਵਰਡ ਆਇਆ ਮੰਨੈ ਪਾਵੈ ਪਾਵੈ, ਇਹਨੂੰ ਪਾਵੈ ਵੀ ਪੜ੍ਹ ਲਿਆ ਜਾਂਦਾ ਹੈ, ਅਤੇ ਉਹਦੇ ਨਾਲ ਜੋ ਇਹਦੀ ਅੰਡਰਸਟੈਂਡਿੰਗ ਹੈ ਕਈ ਵਾਰੀ ਉਹ ਨਹੀਂ ਬਣਦੀ, ਅਤੇ ਜੋ ਗੁਰਮਤਿ ਸੰਥਿਆ ਜਾਂ ਗੁਰਬਾਣੀ ਸੰਥਿਆ ਦੇ ਦਾਨਿਸ਼ਮੰਦ ਨੇ, ਗੁਰਮੁਖ ਰੂਹਾਂ ਨੇ, ਉਹ ਕਹਿੰਦੀਆਂ ਨੇ ਕਿਉਂਕਿ ਇਹ ਪਾਵੈ ਪਾਉਂਦੇ ਨੇ ਪ੍ਰਾਪਤ ਕਰਦੇ ਨੇ, ਇਹਦੇ ਨਾਲ ਇਹਦੀ ਟਰਾਂਸਲੇਸ਼ਨ ਬਣਦੀ ਹੈ। ਵਾਹ ਵਾਹ ਹਾ 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 ਹੇ ਦੀ ਸਿਹਾਰੀ, ਇਹਦੇ ਨਾਲ ਥੋੜ੍ਹਾ ਜਿਹਾ ਨੇਜ਼ਲ ਸਾਊਂਡ ਬਣੇਗਾ। ਪਾਵੈ ਪਾਵੈ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਡਿਟੇਲ 'ਚ ਬਾਤ ਕਰਦੇ ਹਾਂ। ਬੀਤੇ ਕੱਲ੍ਹ ਮੰਨੈ ਮਗ ਨਾ ਚੱਲੈ ਪੰਥ, ਟਰਾਂਸਲੇਸ਼ਨ ਜੋ ਸਿੰਪਲ ਲੈਵਲ 'ਤੇ ਹੈ, ਕਿਉਂਕਿ ਕਈ ਵਾਰੀ ਸਾਡੇ ਕੁਝ ਸਤਸੰਗੀ ਸੱਜਣ ਇਸ ਚੀਜ਼ ਨੂੰ ਬੜੇ ਡਿਟੇਲਡ ਵੇ ਦੇ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਉਹਦੇ ਬਾਬਤ ਆ ਕਿ ਜੋ ਇਹ ਸਾਰੇ ਵਿੱਚ ਲੱਭੋ ਲਬਾਬ ਨਿਕਲ ਰਿਹਾ ਹੈ, ਪਰਸਨ ਕੰਟੀਨਿਊਸ ਟੂ ਡਿਵੈਲਪ ਡਿਵੋਸ਼ਨਲ ਲਵ ਵਿਦ ਆਲ ਮਾਈਟੀ, ਇੱਕ ਡਿਵੋਸ਼ਨਲ, ਇੱਕ ਬੜੇ ਸਮਰਪਣ ਦਾ ਪਿਆਰ ਹੁੰਦਾ, ਸਨੇਹ ਹੁੰਦਾ, ਅਤੇ ਮੰਨਣਾ ਹੁੰਦਾ ਹੀ ਤਾਂ ਆ ਜੇ ਉਹ ਅੰਦਰ ਮੌਜੂਦ ਆ। ਅਤੇ ਮਤਲਬ ਇਸ ਤਰ੍ਹਾਂ ਜਾਣੋ ਕਿ ਇਸਨੂੰ ਅਸੀਂ ਥੋੜ੍ਹਾ ਵਰਲਡਲੀ ਸਾਈਡ ਤੋਂ ਸਮਝਣਾ ਹੋਏ ਨਾ, ਅਤੇ ਬੱਚਾ ਆ ਉਹਦੇ 'ਚ 2 ਸਾਲ ਦੇ ਵਿੱਚ ਉਹਦੀ ਜ਼ਬਾਨ ਦੇ ਉੱਤੇ 9 ਕਹਿਣਾ ਆ ਜਾਂਦਾ, ਅਤੇ ਉਹਨੂੰ ਕੁਛ ਵੀ ਕਹੋ, ਓਕੇ ਸਿਟ ਹੇਅਰ, ਨੋ ਈਟ ਇਟ, ਨੋ, ਉਸਨੂੰ ਇਸ ਤਰੀਕੇ ਨਾਲ। ਉਹਦਾ ਕਾਰਨ ਜਿਹੜੇ ਬਿਹੇਵੀਅਰਿਸਟ ਨੇ ਉਹ ਕਹਿੰਦੇ ਕਿ ਉਸਨੂੰ ਫਿਰ ਅਟੈਂਸ਼ਨ ਜ਼ਿਆਦਾ ਮਿਲਦੀ ਹੈ। ਓਕੇ ਤੁਸੀਂ ਕਹੋ ਸਿਟ ਹੇਅਰ, ਉਹ ਬਹਿ ਜੇ, ਤੁਹਾਡੀ ਜੋਬ ਡਨ, ਉਹਦੀ ਜੋਬ ਡਨ, ਇਹ ਤਾਂ ਕੋਈ ਫਨ ਨਹੀਂ। ਫਨ ਤਾਂ ਇਹ ਹੈ ਕਿ ਆਪਾਂ
ਗੱਲਬਾਤ ਕਰੀਏ, ਮੈਨੂੰ ਅਟੈਂਡ ਜ਼ਿਆਦਾ ਕੀਤਾ ਜਾਏ, ਉਹ ਕਹੇ ਨੋ। ਫਿਰ ਉਹ ਇਕੱਲੇ ਨੋ ਨਾਲ ਵਰਡਸ ਨਾਲ ਕਈ ਵਾਰੀ ਗੱਲ ਨਹੀਂ ਬਣਦੀ, ਵਰਡਸ ਨੂੰ ਥੋੜ੍ਹਾ ਐਕਸ਼ਨ 'ਚ ਲਿਆਂਦਾ ਜਾਏ। ਐਕਸ਼ਨ 'ਚ ਕਿਵੇਂ ਲਿਆਂਦਾ ਜਾਏ, ਉਸਦੇ ਸਾਹਮਣੇ ਤੁਸੀਂ ਖਾਣ ਲਈ ਕੁਛ ਰੱਖੋ ਅਤੇ ਉਹ ਕਹੇ ਨੋ ਆਮ ਨੋਟ ਗੋਨਾ ਈਟ ਇਟ, ਮੈਂ ਤਾਂ ਨਹੀਂ ਖਾਵਾਂਗਾ। ਉਹ ਰੱਖੋ ਅੱਗੇ, ਚੱਕ ਕੇ ਪਰਾਂ ਸੱਟ ਦੇ, ਤੁਸੀਂ ਦੁਬਾਰਾ ਚੱਕ ਕੇ ਲੈ ਕੇ ਆਓ, ਉਹ ਫਿਰ ਸੱਟ ਦੇ, ਫਿਰ ਖੇਡ ਬਣ ਗਈ, ਗੇਮ ਬਣ ਗਈ, ਤੁਸੀਂ ਲਈ ਆਓ, ਸੱਟੀ ਜਾਏਗਾ, ਬਹੁਤ ਵਧੀਆ, ਦੈਟਸ ਗੁੱਡ। ਅੱਛਾ ਹੋਏਗਾ ਕਿ ਇੱਕ ਵਾਰੀ, ਦੋ ਵਾਰੀ, ਤੀਜੀ ਵਾਰੀ, ਤੀਜੀ ਵਾਰੀ ਕੀ ਹੋਏਗਾ, ਖਿੱਚ ਜਾਓਗੇ ਅਤੇ ਖਿਜੇ ਹੋਏ ਉਹਨੂੰ। ਇਹਦੇ ਬਿਲਕੁਲ ਪੈਰਲਰ ਇੱਕ ਤਰੀਕਾ ਹੋ ਰਿਹਾ, ਉਹ ਪਤਾ ਕੀ ਹੈ, ਉਹ ਸੱਟੇ ਤੁਸੀਂ ਚੱਕੋ, ਚੱਕ ਕੇ ਫਿਰ ਤੁਸੀਂ ਖੇਡ ਆਪ ਖੇਡਣ ਲੱਗ ਜਾਓ, ਫਿਰ ਕੋਈ ਹੋਰ ਗੇਮ ਇਨਵੋਲਵ ਕਰੋ, ਫਿਰ ਹੌਲੀ ਹੌਲੀ ਕਰਕੇ ਇਸ ਤਰੀਕੇ ਨਾਲ। ਇਹ ਕਿਵੇਂ ਹੋ ਸਕਦਾ ਆ? ਤਾਂ ਹੋ ਸਕੇਗਾ ਜੇ ਬੜੇ ਡਿਵੋਟੀ ਹੋਵੋਗੇ, ਇੱਥੇ ਡਿਵੋਸ਼ਨ 'ਚ ਹੋਵੋ। ਮਾਂ ਜਦੋਂ ਡਿਵੋਸ਼ਨ 'ਚ ਹੁੰਦੀ ਹੈ, ਉਹ ਫਿਰ ਪਿਆਰ ਦਿੰਦੀ ਹੈ। ਦਿਸ ਇਜ਼ ਕਾਲਡ ਰੀਅਲ ਲਵ ਕੇਅਰ। ਇਨ ਬਿਨ ਜਾਣੋ, ਇਹ ਕੁਦਰਤ ਨਾ ਸਾਨੂੰ ਮਾਂ ਦੀ ਤਰ੍ਹਾਂ ਸਾਡੇ ਨਾਲ ਪਲੇ ਕਰਦੀ ਹੈ। ਇੱਥੇ ਉਹ ਰੋਲ ਪਲੇ ਇਸ ਤਰ੍ਹਾਂ ਕਰਦੀ ਹੈ ਕਿ ਕਈ ਵਾਰੀ ਆਪ ਬੱਚਾ ਬਣ ਜਾਂਦੀ ਹੈ, ਸਾਨੂੰ ਮਾਂ ਦਾ ਰੋਲ ਦੇ ਦਿੰਦੀ ਹੈ, ਐਂਡ ਬੈਕ ਐਂਡ ਫੋਰਥ ਉਸ ਰੂਪ ਵਿੱਚ ਚੱਲਣਾ ਪੈਂਦਾ ਹੈ, ਚੈੱਕ ਕਰਦੀ ਹੈ ਸਾਨੂੰ। ਆਪਾਂ ਬਹੁਤ ਸਿੰਪਲ ਤਰੀਕੇ ਨਾਲ ਬਾਤ ਇਗਜ਼ਾਮਪਲ ਕਰ ਦਿੰਦਾ, ਕਿਉਂਕਿ ਯਾਦ ਦੀ ਬਰਕਤ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਵਾਹਿਗੁਰੂ ਨਾਲ ਬਣਦਾ ਹੈ, ਇਹ ਸਿਮਰਨ ਰੂਪ ਧਰਮ, ਧਰਮ ਇਟਸੈਲਫ ਇਜ਼ ਐਕਚੁਲੀ ਟੂ ਹੈਵਿੰਗ ਸਮ ਰਿਲੇਸ਼ਨਸ਼ਿਪ ਵਿਦ ਆਲਮਾਈਟੀ ਇਨ ਯੋਰ ਸਕੂਲ ਆਫ ਥਾਟ। ਦਿਸ ਇਜ਼ ਡਿਸਕ੍ਰਾਈਬ ਰੀਅਲ ਰਿਲੀਜੀਅਸ ਓਡੀ ਰਿਲੀਜੀਅਸ ਐਕਸਰਸਾਈਜ਼ ਐਸ ਵੀ ਟਰਾਈ ਟੂ ਅੰਡਰਸਟੈਂਡ ਯੈਸਟਰਡੇ ਵੈਰੀ ਡੀਪਲੀ। ਜਿਹੜੇ ਔਨਲਾਈਨ ਸੈਸ਼ਨ ਸੁਣਦੇ, ਜੇ ਕਿਤੇ ਬਾਤ ਫਿਰ ਪਕੜ 'ਚ ਨਾ ਆਵੇ, ਜਿਹੜਾ ਕੱਲ੍ਹ ਵਾਲਾ ਦੀਵਾਨ ਉਹਨੂੰ ਦੁਬਾਰਾ ਫਿਰ ਸੁਣਿਆ ਉਸ ਰੂਪ ਵਿੱਚ, ਦੈਨ ਯੂ ਗੋਨਾ ਗ੍ਰਿਪ ਇਟ, ਉਸ ਰੂਪ ਵਿੱਚ ਪਕੜ ਜਾ ਰਹੀ। ਟੂਕ ਮਾਤਰ ਜਿਹੜੀ ਬੇਨਤੀ ਕਰ ਰਹੇ, ਮੇਰੇ ਕੋਲ ਪੇਰੈਂਟਸ ਆਉਂਦੇ, ਕੁਝ ਸਾਲ ਪਹਿਲਾਂ ਦੀ ਗੱਲ ਆ, ਪਹਿਲਾਂ ਸਾਰੀ ਮਾਂ ਆਉਂਦੀ ਸੀ ਇਕੱਲੀ, ਬਿਲਕੁਲ ਸਰੀਰ ਸੁੱਕ ਗਿਆ ਅਤੇ ਉਹਦੀ ਜਿਹੜੀ ਹੈ ਇਮਿਊਨਿਟੀ ਲੋਅ ਹੋ ਗਈ, ਇਮਿਊਨ ਸਿਸਟਮ ਜਿਹੜਾ ਬਿਲਕੁਲ ਕੰਪਰੋਮਾਈਜ਼ ਹੋ ਗਿਆ ਆ, ਅਤੇ ਮਤਲਬ ਹਾਲਤ ਇਸ ਰੂਪ ਦੇ ਵਿੱਚ ਆ, ਵੇਖ ਕੇ ਬੰਦਾ ਤਰਸ ਕਰਦਾ ਵੀ ਕੀ ਕਰੇਗਾ, ਅਤੇ ਟਾਈਮ ਨਹੀਂ ਦੇਣਾ, ਮੈਸੇਜ ਕਰੀ ਜਾਣੇ, ਫੋਨ ਕਰੀ ਜਾਣੇ, ਆ ਜਾਓ, ਆਉਣਾ, ਸੇਮ ਸਟੋਰੀ ਰਿਪੀਟ ਕਰਨੀ। ਇੱਕੋ ਇੱਕ ਬੱਚਾ ਆ, ਅਤੇ ਉਹ ਬੱਚਾ ਗ੍ਰੇਡ 11 ਦੇ ਵਿੱਚ ਆ, ਸਕੂਲ ਨਹੀਂ ਜਾਂਦਾ ਪ੍ਰੋਪਰਲੀ, ਮੈਰੂਆਨਾ ਦੇ ਸਟੱਫ ਫੜੇ ਜਾਂਦੇ ਨੇ ਕੋਲੋਂ, ਸਾਰਾ ਕੁਛ ਘਰ ਦੇ ਵਿੱਚ ਝਗੜਾ ਹੁੰਦਾ ਹੈ, ਬਾਪ ਕਹਿੰਦਾ ਬਾਹਰ ਕੱਢ ਦੇਣਾ, ਮਾਂ ਕਹਿੰਦੀ ਹਾਏ ਮਰ ਗਈ, ਮੇਰੀ ਤਾਂ ਤੋਤੇ 'ਚ ਜਾਨ ਆ, ਤੋਤੇ ਨੂੰ ਪਤਾ ਲੱਗ ਗਿਆ ਜਾਨ ਇਹਦੇ ਵਿੱਚ ਆ, ਅਜੀਬ ਆਦਤ। ਇਹ ਸਾਰੇ ਪਾਵਰ ਉਹਦੇ ਕੋਲ ਕੋਈ ਹੈ ਨਹੀਂ, ਨਾ ਬਾਪ ਨੂੰ ਰੋਕ ਸਕਦੀ, ਨਾ ਬੇਟੇ ਨੂੰ, ਬਸ ਮਰੀ ਜਾ ਰਹੀ ਹੈ ਸਾਰੇ 'ਚ। ਖੈਰ, ਲੌਂਗ ਸਟੋਰੀ ਸ਼ੋਰਟ, ਮੈਂ ਕਿਹਾ ਮੈਂ ਵੀ ਐਫਰਟ ਪਾਉਣਾ, ਤੁਸੀਂ ਪਾਓ, ਫਾਦਰ ਨੂੰ ਆਵਾਜ਼ ਮਾਰੋ ਇੱਥੇ, ਕਿਉਂਕਿ ਤੂੰ ਤਾਂ ਆਪ ਆਪਣੇ ਆਪ ਦੇ ਵਿੱਚ ਆਪਣਾ ਸੰਭਾਲਣ ਜੋਗੀ ਨਹੀਂ ਰਹੀ, ਅਤੇ ਹੁਣ ਛੱਡ ਭਰਾ ਉਹਨੂੰ ਲੈ ਕੇ ਆਓ ਜਿਹਦੇ ਕੋਲ ਅਥਾਰਟੀ ਹੈ ਥੋੜ੍ਹੀ ਬਹੁਤੀ। ਆਇਆ, ਹਾਂਜੀ, ਕੀ ਹੋਇਆ? ਕਹਿੰਦਾ ਜੀ ਹੋਣਾ ਕੀ ਹੈ, ਬਸ ਇਹ ਮੰਨਦੀ ਨਹੀਂ ਇਸ ਤਰੀਕੇ ਨਾਲ। ਅੱਛਾ, ਕੱਲ੍ਹ ਦੀ ਸੁਣ ਲਓ, ਮੈਂ ਕੱਲ੍ਹ ਦੀ ਸੁਣਾ ਦਿਓ, ਕੱਲ੍ਹ ਜੀ ਐਵੇਂ ਇਸ ਤਰੀਕੇ ਨਾਲ ਉਹਨੂੰ ਕਿਹਾ ਸੀਗਾ ਤੂੰ ਇੰਨੇ ਵਜੇ ਨਹੀਂ ਆਉਣਾ, ਇੰਨੇ ਵਜੇ ਫਿਰ ਆਇਆ ਲੇਟ। ਅੱਛਾ ਜੀ, ਫਿਰ ਜੀ ਮੈਂ ਸੇਵਾ ਕਰਤੀ ਉਹਦੀ। ਅੱਛਾ ਜੀ, ਉਹ ਕਹਿੰਦੀ ਜੀ ਬਸ ਆਹ ਕੁੱਟ ਮਾਰ ਕੁਟਾਈ ਹੋਈ ਹੈ ਨਿਆ ਵਿੱਚ ਵਿਚਾਲੇ, ਮੈਂ ਵਿਚਾਰੀ ਆਪਣਾ ਵੀ ਦਿਖਾਇਆ ਪਿਆ ਦੇਖ। ਮੈਂ ਕਿਹਾ ਠੀਕ ਹੈ ਜੀ। ਫਾਦਰ ਨੂੰ ਪੁੱਛਿਆ ਕਿੱਦਾਂ, ਕਹਿੰਦਾ ਬਸ ਮੈਂ ਉਦੋਂ ਬਾਅਦ ਠੀਕ ਹੋ ਗਿਆ। ਕਹਿੰਦਾ ਠੀਕ ਤਾਂ ਕੀ ਹੋਣਾ ਸੀਗਾ, ਮੈਂ ਤੁਸੀਂ ਠੀਕ ਹੋ ਗਏ? ਕਹਿੰਦਾ ਨਹੀਂ, ਮੈਂ ਵੀ ਰੋਟੀ ਖਾਧੀ ਰਾਤੀ। ਸੋ
ਉਹਦਾ ਆਊਟਕਮ ਕੀ ਨਿਕਲਿਆ? ਨਥਿੰਗ, ਦੇਰ ਇਜ਼ ਨੋ ਹਾਰਮੋਨੀ, ਫਿਰ ਵਾਈ ਡਿਡ ਯੂ ਡੂ ਦੈਟ? ਅੱਛਾ ਤੁਸੀਂ ਦੱਸੋ ਕੀ ਕਰਨਾ ਸੀਗਾ? ਧਿਆਨ ਨਾਲ ਦੇਖਿਓ ਜੀ, ਯਾਦ ਦੀ ਬਰਕਤ ਨਾਲ ਚੀਜ਼ਾਂ ਨੂੰ ਯਾਦ ਰੱਖਣਾ ਇਕੱਲਾ ਇੱਕ ਜਸਟ ਲਫਜ਼ ਨਹੀਂ ਹੈ। ਜਦੋਂ ਸਪੋਜ਼ ਕਰੋ, ਮਤਲਬ ਬੰਦਾ ਕਹਿੰਦਾ ਐਂਗਰ ਮੈਨੇਜਮੈਂਟ ਦਾ ਇਸ਼ੂ ਹੈ, ਬਿਹੇਵੀਅਰਲ ਇਸ਼ੂ ਨੇ, ਜਦੋਂ ਉਹ ਚੀਜ਼ ਯਾਦ ਰਹਿਣੇ ਰਾਤ ਰਹਿਣੀ ਚਾਹੀਦੀ ਹੈ, ਉਦੋਂ ਯਾਦ ਰਹੇ ਇਹਦੀ ਬਰਕਤ ਨਾਲ। ਇਫ ਸਮਵਨ ਇਜ਼ ਏਬਲ ਟੂ ਫੋਲੋ ਦੈਟ ਪਾਥ, ਦੈਨ ਆਫਟਰਵਰਡ ਆਫਟਰ ਫੋਲੋਇੰਗ ਦੈਟ ਪਾਥ ਦੇਰ ਗੋਨਾ ਬੀ ਸਮ ਰਿਜ਼ਲਟਸ। ਤੁਸੀਂ ਮਤਲਬ ਉਸ ਤੋਂ ਬਾਅਦ ਵਾਲੇ ਰਿਜ਼ਲਟਸ ਆਉਣੇ ਨੇ। ਸੋਰੀ, ਮੈਂ ਇਗਜ਼ਾਮਪਲ ਇੱਕ ਹੋਰ ਕਰ ਦਿੰਦਾ ਨਾਲ, ਕਈ ਵਾਰੀ ਉਸ ਤਰੀਕੇ ਨਾਲ ਆਉਂਦਾ ਆਪਣੀ, ਕਈ ਵਾਰੀ ਨਾ ਜਿਹੜੀ ਹੈਗੀ ਗੱਟ ਹੈਲਥ ਖਰਾਬ ਹੋ ਜਾਂਦੀ ਆ, ਲੂਜ਼ ਮੋਸ਼ਨ ਵਗੈਰਾ ਲੱਗ ਜਾਂਦੇ, ਜਾਂ ਆਪਾਂ ਨੂੰ ਕਈ ਵਾਰੀ ਵੋਮਿਟਿੰਗ ਹੁੰਦੀ ਹੈ, ਅਤੇ ਉਸ ਤਰੀਕੇ ਨਾਲ ਵਾਰ ਵਾਰ ਪ੍ਰੋਬਲਮ ਹੁੰਦੀ ਹੈ। ਅਤੇ ਹੁਣ ਆਪਾਂ ਜਿਹੜੀ ਇਹ ਮੈਡੀਸਨ, ਉਹ ਮਤਲਬ ਤੂੰ ਕਹਿੰਦਾ ਵੀ ਮੈਡੀਸਨ ਦਾ ਅਸਰ ਕਰੇਗੀ, ਪਰ ਕਰੇਗੀ ਅਸਰ ਜੇ ਅੰਦਰ ਰਹੇਗੀ ਤਾਂ? ਮਤਲਬ ਜੇ ਮੈਂ ਮੂੰਹ 'ਚ ਪਾਉਣਾ ਰਾਈਟ ਰਾਈਟ ਵੇ, ਉਹ ਕਿਵੇਂ ਅਸਰ ਕਰੇਗੀ? ਹਾਂ, ਉਹਦੇ ਵਾਸਤੇ ਫਿਰ ਕੋਈ ਹੋਰ ਇੰਟਰਵੈਂਸ਼ਨ ਕਰਨੀ, ਕੁਝ ਐਸੀ ਇੰਟਰਵੈਂਸ਼ਨ ਜਿਹੜੀ ਬਿਲਕੁਲ ਓਪੋਜ਼ਿਟ, ਜਿਹੜੀ ਅੰਦਰ ਰੱਖ ਸਕੇ। ਯੂ ਗਾਇਸ ਕੈਨ ਅੰਡਰਸਟੈਂਡ, ਇੱਥੇ ਬੱਚਿਆਂ ਨੂੰ ਕਈ ਵਾਰ ਮੈਡੀਸਨ ਅਸੀਂ ਐਕਚੁਲੀ ਵੀ ਯੂਜ਼ ਐਕਚੁਲੀ ਯੂ ਕੈਨ ਸੇ ਦੇਅਰ ਬੋਟਮ ਪਾਰਟ ਵਿੱਚ ਗਿਵ ਦਮ ਐਨੀ ਮੈਡੀਸਨ ਇਨ ਏ ਵੇ, ਤਾਂ ਕਿ ਉਹ ਅੰਦਰ ਰਹਿ ਸਕੇ, ਉਹਦੇ ਅੰਦਰ ਟਿਕ ਸਕੇ ਥੋੜ੍ਹੀ ਦੇਰ ਲਈ, ਤਾਂ ਹੀ ਉਹਦਾ ਰਿਜ਼ਲਟ ਤਾਂ ਨਿਕਲ ਪਾਏਗਾ ਨਾ। ਸੋ ਜੇ ਟੂਕ ਮਾਤਰ ਬੇਨਤੀ ਕਰ, ਬੈਕ ਟੂ ਵਿੱਚ ਉਸ ਐਗਜ਼ਾਮਪਲ 'ਤੇ ਪਹਿਲੀ 'ਤੇ ਆ ਜਾਵਾਂ। ਉਹਦੇ 'ਚ ਹੋਇਆ ਇਹ ਕਿ ਅੱਛਾ ਕਰਨਾ ਕੀ ਹੈ? ਮੈਂ ਕਿਹਾ ਠੀਕ ਹੈ, ਕਰਨਾ ਇਹ ਹੈ ਵੀ ਉਹ ਕੱਲ੍ਹ ਨੂੰ ਲੇਟ ਆਵੇਗਾ, ਕੁਛ ਭੰਗ ਦੀ ਸਮੈਲ ਆਏਗੀ, ਸਭ ਕੁਛ ਉਸ ਤਰੀਕੇ ਨਾਲ ਹੈ, ਸਾਰਾ ਕੁਛ ਉਵੇਂ ਹੀ ਹੋਏਗਾ। ਠੀਕ ਹੈ ਜੀ, ਅੱਛਾ ਤੁਸੀਂ ਉਹਨੂੰ ਕੁਛ ਨਹੀਂ ਕਹਿਣਾ, ਸਿੰਪਲ। ਉਹ ਕਹਿੰਦੇ ਜੀ ਉਹਦਾ ਇੱਕ ਹੀ ਤਰੀਕਾ ਹੋ ਸਕਦਾ ਹੈ ਕਿ ਜਿਹੜੀ ਪੁੜੀ ਉਹ ਲਾਉਂਦਾ ਉਹ ਮੈਂ ਵੀ ਇੱਕ ਲਾ ਲਵਾਂ, ਦੈਨ ਵੀ ਅਰਥ ਸੇਮ ਹੁੰਦਾ, ਸੇਮ ਵੀ ਬਹੁਤ ਸਾਨੂੰ ਸੇਮ ਪੇਜ ਆ ਦਿੰਦਾ ਗੁਣਾ ਹੈ। ਪਰ ਹਾਂ, ਹੁਣ ਕਾਰਨ ਕੀ ਹੈ? ਕਹਿੰਦਾ ਵੀ ਇਹ ਨਹੀਂ ਹੋਣਾ, ਇਹ ਹੋ ਹੀ ਨਹੀਂ ਸਕਣਾ। ਜੇ ਇਹ ਨਹੀਂ ਹੋ ਸਕਣਾ ਤਾਂ ਇਸ ਤੋਂ ਨੈਕਸਟ ਸਟੈਪ ਵੀ ਨਹੀਂ ਹੋ ਸਕਣਾ, ਸਿੰਪਲ। ਕੁਛ ਚੀਜ਼ਾਂ ਮੰਨ ਕੇ ਹੀ ਅੱਗੇ ਜਾਇਆ ਜਾ ਸਕਦਾ ਹੈ। ਮੰਨੋਗੇ ਅੱਗੇ ਜਾਓਗੇ, ਨਹੀਂ ਮੰਨੋਗੇ ਨਹੀਂ ਜਾਓਗੇ। ਗੁਰੂ ਬਾਬਾ ਜੀ ਬੜੇ ਕਲੀਅਰ ਨੇ ਦੇ ਉੱਤੇ, ਇਸੇ ਕਰਕੇ ਕਿਹਾ ਠਾਕ ਰੋਕ ਇਹੀ ਹੈ। ਪਹਿਲੀ ਰੋਕ ਇਹ ਹੈ, ਬਾਬਾ ਪਲ ਆਲਸ ਦੀ ਗੱਲ ਕੀਤੀ, ਇੱਕ ਹੋਰ ਚੀਜ਼ ਵੀ ਹੈ ਐਰੋਗੈਂਸ, ਗੱਡੀ ਵੱਡੀ ਹੈ ਵੀ ਨਹੀਂ ਨਹੀਂ ਸਾਰੀ ਦੁਨੀਆ ਗੱਲ ਮੰਨ ਲਏ ਪਰ ਮੈਂ ਨਹੀਂ ਮੰਨਾਂਗਾ, ਪਤਾ ਇਹ ਮੇਰਾ ਨੇਚਰ ਆ ਜੀ, ਮੇਰਾ ਆਪਣਾ ਤਾਂ ਚੱਲਦਾ ਹੀ ਐਵੇਂ ਆ ਜੀ। ਠੀਕ ਹੈ ਬਾਈ, ਜੇ ਐਵੇਂ ਚੱਲਦਾ ਤਾਂ ਕੁਦਰਤ ਦਾ ਵੀ ਐਵੇਂ ਚੱਲਦਾ ਫਿਰ, ਕੁਦਰਤ ਕਹਿੰਦੀ ਠੀਕ ਹੈ। ਅੱਛਾ ਮੈਨੂੰ ਨਜ਼ਮ ਹੁਣ ਸ਼ਾਇਦ ਯਾਦ ਨਾ ਆਵੇ, ਪਰ ਮੈਂ ਟਰਾਈ ਕਰਦਾ ਜੀ ਸੁਰਤ 'ਚ, ਕਿਵੇਂ ਕਿ ਤੁਹਾਡੇ ਉਸ ਸਟੇਟ ਆਫ ਮਾਇੰਡ 'ਚ ਨਹੀਂ ਹੈਗਾ ਜਿੱਥੇ ਮੈਂ ਸਾਰਾ ਕੁਝ ਬਿਆਨ ਕਰ ਸਕਾਂ। ਆਈ ਡਰੋਵ ਅਰਾਊਂਡ 6 hours ਕਾਰ ਇਨ ਏ ਵੈਰੀ ਟ੍ਰੈਫਿਕ ਦੇ ਵਿੱਚ ਉਸ ਤਰੀਕੇ ਨਾਲ, ਅਤੇ ਉਹ ਮੈਨੂੰ ਅਜੇ ਵੀ ਚੱਕਰ ਚੁੱਕਰ ਚੱਲੇ ਜਾਂਦੇ ਨਾ। ਬਾਈ ਟੁੱਕ ਮੰਤਰ ਬੇਨਤੀ ਕਰਦਾ, ਭਾਈ ਵੀਰ ਸਿੰਘ ਦੀ ਨਜ਼ਮ ਹੈ, ਇੱਕ ਨਜ਼ਮ ਹੈਗੀ ਹੈ ਦਰਿਆ ਦੀ, ਨਹਿਰ ਦੀ, ਪਾਣੀ ਦੀ, ਅਤੇ ਕਿਸਾਨ ਦੀ, ਆਪਸ ਵਿੱਚ ਗੱਲਬਾਤ ਹੋ ਰਹੀ ਹੈ, ਕਮਿਊਨੀਕੇਸ਼ਨ ਹੋ ਰਿਹਾ। ਅਤੇ ਕਿਸਾਨ ਦਰਿਆ ਨੂੰ ਕਹਿੰਦਾ ਵੀ ਦਰਿਆ ਤੂੰ ਬਹੁਤ ਆਲਾ ਆ, ਦੇਖ ਮੇਰੀਆਂ ਫਸਲਾਂ ਨੂੰ ਪਾਣੀ ਦਿੰਦਾ, ਪਸ਼ੂਆਂ ਨੂੰ ਪਾਣੀ ਪੀਣ ਵਾਸਤੇ ਮਿਲਦਾ ਸਭ। ਅੱਛਾ ਕਮਾਲ ਇਹ ਹੈ, ਤੂੰ ਕਿੰਨੇ ਤਰ੍ਹਾਂ ਦੀਆਂ ਲੱਕੜਾਂ ਲੈ ਕੇ ਆਉਂਦਾ ਆਪਣੇ ਵਿੱਚ, ਹੁਣ ਜੋ ਪਹਾੜਾਂ 'ਤੇ ਚੀਲ ਉੱਗਦੀ, ਸਾਗਵਾਨ ਉੱਗਦੀ, ਸਾਲ ਉੱਗਦੀ, ਅਤੇ ਉਹ ਦਰਖਤ ਲਹੇ ਰਹਿਣ ਦੇ, ਡਿੱਗਦੇ ਦਰਿਆ ਦੇ, ਦਰਿਆ ਰੇੜੀ ਲਿਆਉਂਦਾ।
ਤੇ ਉਹ ਆ ਕੇ ਕਿਸਾਨ ਕੱਢ ਲੈਂਦਾ, ਕਦੀ ਉਹ ਛਤੀਰ ਪਾ ਲੈਂਦਾ ਆਪਣੇ, ਉਹ ਦਰਿਆ ਮਤਲਬ ਇੱਕ ਸੋਰਸ ਹੈ ਪੂਰਾ ਉਹਦੇ ਵਾਸਤੇ। ਪਰ ਕਹਿੰਦੇ ਕਮਾਲ ਹੈ ਦਰਿਆ, ਤੂੰ ਵੈਸੇ ਤਾਂ ਆਪਣੀ ਸਾਰੀ ਸਾਰੀ ਲੋੜ ਪੂਰੀ ਕਰ ਦਿੰਦਾ, ਕਦੀ ਕਧਾਰ ਕੋਈ ਵਾਂਸ ਦੇ ਵੀ ਡੰਡੇ ਡੁੰਡੇ ਲੈ ਆ ਕਰ। ਕਹਿੰਦੇ ਵਾਂਸ ਬਣਾਉਂਦਾ ਪਹਾੜਾਂ 'ਤੇ, ਇੱਕ ਅੱਧਾ ਵਾਂਸ ਦਾ ਵੀ ਕੋਈ ਡੰਡਾ ਵਗੈਰ ਲੈ ਆ ਕਰ, ਕੋਈ ਸੋਟੀ ਬਣਾ ਲਈ ਕੋਈ ਪੁਰਾਣੀ, ਯੂ ਨੋ ਆਈ ਕੈਨ ਯੂਜ਼ ਐਜ਼ ਅ ਸਟਿੱਕ। ਅਤੇ ਦਰਿਆ ਅੱਗੋਂ ਜਵਾਬ ਕਹਿੰਦਾ, ਕਹਿੰਦਾ ਵੀ ਤੂੰ ਸਹੀ ਕਹਿ ਰਿਹਾ, ਪਰ ਮੁਸ਼ਕਲ ਪਤਾ ਕੀ ਹੈ, ਮੈਂ ਕੀ ਕਰਾਂ। ਕਹਿੰਦਾ ਮੈਂ ਕਿੰਨੀ ਕਿੰਨੀ ਵਾਰੀ ਜ਼ੋਰ ਲਾਇਆ, ਮੈਂ ਪਾਣੀ ਦਾ ਲੈਵਲ ਵਧਾ ਲਿਆ, ਉਹਨੂੰ ਵਾਂਸ ਨੂੰ ਆਪਣੇ ਵਿੱਚ ਸੱਟ ਲਿਆ ਐਵੇਂ ਕਰਕੇ। ਅੱਛਾ ਕਮਾਲ ਇਹ ਹੈ, ਮੈਂ ਉਹਨੂੰ ਕਦੀ ਸੱਜੇ ਘੁਮਾਉਂਦਾ, ਉਹ ਨਾਲ ਹੀ ਸੱਜੇ ਘੁੰਮ ਜਾਂਦਾ ਹੈ। ਮੈਂ ਉਹਨੂੰ ਖੱਬੇ ਘੁਮਾਉਂਦਾ, ਉਹ ਖੱਬੇ ਘੁੰਮ ਜਾਂਦਾ ਹੈ। ਮੈਂ ਉਹਨੂੰ ਸੱਜੇ ਖੱਬੇ ਗੇੜੇ ਦਿੰਦਾ, ਉਹ ਵੀ ਗੇੜੇ ਖਾਈ ਜਾਂਦਾ ਹੈ। ਭਲੇ ਉਹ ਆਕੜਦਾ ਹੀ ਨਹੀਂ, ਜੇ ਆਕੜਦਾ ਨਹੀਂ ਤਾਂ ਤੋੜਾਂਗਾ ਕਿਵੇਂ ਉਹਨੂੰ। ਜਿਹੜਾ ਆਕੜੇਗਾ ਟੁੱਟੇਗਾ ਤੇ ਉਹ ਨਾ, ਜਿਹੜਾ ਆਕੜਦਾ ਹੀ ਨਹੀਂ ਉਹਨੂੰ ਕਿਵੇਂ ਤੋੜੋਗੇ। ਕੁਦਰਤ ਸਾਡਾ ਪਰਖ ਕਰਦੀ, ਸਾਡੀ ਐਰੋਗੈਂਸ ਕੁਦਰਤ ਦੇ ਸਾਹਮਣੇ ਆਕੜਦੀ। ਕੁਦਰਤ ਕਹਿੰਦੀ ਹਾਂ ਹੁਣ ਤੋੜਾ, ਆਹ ਮਜ਼ਾ, ਆਹ ਗੱਲ ਬਣੇਗੀ, ਹੁਣ ਗੇਮ ਚੱਲੇਗੀ। ਜਿਹਨੇ ਆਕੜਨਾ ਹੀ ਨਹੀਂ, ਜਿਹਨੂੰ ਅਹਿਸਾਸ ਆ ਕੁਦਰਤ ਬੇਅੰਤ ਆ, ਇਹ ਕਈ ਤਰ੍ਹਾਂ ਦੇ ਇਮਤਿਹਾਨ ਲੈਂਦੀ ਹੈ। ਬਾਤ ਉਸ ਇਗਜ਼ਾਮਪਲ ਦੀ ਕੀਤੀ ਸੀ ਮੁਕਾ ਦੇ ਨਾਲ, ਫਿਰ ਇਸ ਬਚਨ 'ਤੇ ਵਾਪਸ ਆਏ ਅਗਲੀ ਪੌੜੀ ਕਰ। ਉਹ ਮੈਨੂੰ ਕਹਿੰਦੇ ਕਹਿੰਦੇ ਸਪੋਜ਼ ਜੇ ਭਾਈ ਸਾਹਿਬ ਹਟਿਆ ਹੀ ਨਾ ਉਹ, ਤਾਂ ਮੈਂ ਆਖਿਆ ਕੀ ਫਰਕ ਪਏਗਾ, ਬੜੇ ਕੁਦਰਤ ਦੇ ਲੋਕ ਕਰਕੇ ਐਵੇਂ ਤੁਰ ਜਾਂਦੇ, ਯੂ ਨੋ। ਉਹ ਹਟੇ ਨਾ ਹਟੇ, ਆ ਤੇਰਾ ਪਾਰਟਨਰ ਹੈ ਤੇਰੇ ਸਾਹਮਣੇ, ਇਹ ਚਲਾ ਜਾਏਗਾ ਜਿਸ ਹਾਲਤ ਦੇ ਵਿੱਚ ਆ, ਇਹਦਾ ਪਾਪ ਨਾ ਖੱਟੇਗਾ ਤੂੰ। ਥਿੰਕ ਅਬਾਊਟ ਇਟ, ਕੁਦਰਤ ਦੀਆਂ ਕਈ ਡਿਊਟੀਜ਼ ਲਾਈਆਂ ਨੇ, ਨਿਭਾਉਣੀਆਂ ਨੇ ਆਪਾਂ ਨੇ। ਉਹ ਇਹ ਮੰਨਿਆ ਤੁਹਾਨੂੰ ਦੁਨੀਆਂ ਦੀ ਕੋਈ ਤਾਕਤ ਧਰਮ ਕਮਾਉਣ ਤੋਂ ਨਹੀਂ ਰੋਕ ਸਕਦੀ, ਤੁਸੀਂ ਧਰਮ ਕਮਾ ਰਹੇ ਹੋ ਆਪਣਾ, ਇਹ ਵੱਡੇ ਧਰਮ ਦੀ ਗੱਲ ਹੋ ਰਹੀ ਹੈ। ਪਰ ਇਹ ਯਾਦ ਰਹੇ, ਵੈਨ ਵੀ ਗੈਟ ਟੋਟਲੀ ਸਟਕ ਇਨ ਆਵਰ ਓਨ ਐਰੋਗੈਂਸ, ਇਨ ਆਵਰ ਓਨ ਕਾਇੰਡ ਆਫ ਥਾਟਸ, ਇਨ ਆਵਰ ਓਨ ਕਾਇੰਡ ਆਫ ਮਾਇੰਡ ਸੈਟ, ਦੈਨ ਵੀ ਗੋਟ ਪਨਿਸ਼ਡ। ਬਾਬਾ ਜੀ ਕਹਿੰਦੇ ਯਾਦ ਦੀ ਬਰਕਤ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਵਾਹਿਗੁਰੂ 'ਚ ਵੱਧਦਾ, ਇਸ ਸਿਮਰਨ ਰੂਪ ਧਰਮ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ, the greatest relationship, as zikr kita ki so he and she builds deep connection with Vaheguru through the meditation from form of religious duty to which no obstacles could distract them from their real path, jehda asal raah hai. Other trails jehde kya ki oh vakre vakre magh panth dujje teeje ਜਿਹੜੇ ਜਿਹਨੇ ਲੋਕ ਆਮ ਕਰਕੇ ਰੁੜ ਜਾਂਦੇ। ਧਰਤੀ 'ਤੇ ਸਭ ਤੋਂ ਵੱਡੀ ਪ੍ਰੈਕਟਿਸ ਤਾਂ ਇਹੀ ਹੈ ਜੋ ਕੁਦਰਤ ਨੇ ਰੋੜ ਦਿੱਤਾ ਆ, ਉਹਨੂੰ ਬੜੀ ਇਮਾਨਦਾਰੀ ਨਾਲ ਹਿਊਮਨ ਅਪਰੋਚ ਨਾਲ ਜਿਹੜਾ ਅਡੋਪਟ ਕਰਦੇ ਹੋਏ ਨਿਭਾਓ, ਮਾਲਕ ਬਖਸ਼ਣਹਾਰ ਹੈ, ਸਭ ਨਵਾਜੇਗਾ ਉਸ ਰੂਪ 'ਚ। ਆਹ ਬਾਬਾ ਜੀ ਨੇ ਬਾਤ ਕੀਤੀ ਕਿ ਜਿਹੜੀਆਂ ਉਹ ਅਤੇ ਉਹ ਡਿਸਟਰੈਕਸ਼ਨ ਮੋਸਟਲੀ ਰਿਲੀਜਨ ਦੇ ਨਾਮ 'ਤੇ ਚਾਹੁੰਦੀਆਂ ਨੇ, ਕੈਨ ਨੈਵਰ ਮਿਸਲੀਡ ਹਿਮ ਔਰ ਹਰ, ਉਹਨੂੰ ਫਿਰ ਕਿਸੇ ਰੂਪ ਦੇ 'ਚ ਉਹਨੂੰ ਉਸਨੂੰ ਮਿਸਲੀਡ ਨਹੀਂ ਕਰ ਸਕਦੀਆਂ। ਸੋ ਇਸ ਰੂਪ ਦੇ ਵਿੱਚ ਇੱਥੇ ਅਸੀਂ ਇਸ ਚੀਜ਼ ਦਾ ਅਹਿਸਾਸ ਕੀਤਾ। ਹੁਣ ਆ ਜਾਈਏ ਅਗਲੀ ਪੌੜੀ 'ਤੇ ਕਿ ਜਿਹਦੇ 'ਚ ਮੰਨੈ ਪਾਵੈ ਮੋਖ ਦੁਆਰ। ਮੋਖ ਮੁਕਤੀ ਨੂੰ ਕਿਹਾ ਜਾਂਦਾ, ਵੈਸੇ ਸੈਲਵੇਸ਼ਨ ਕਹਿ ਲਓ, ਨਿਰਵਾਣਾ ਕਹਿ ਲਓ, ਯੂ ਨੇਮ ਇਟ, ਕਈ ਰੂਪਾਂ 'ਚ ਇਸ ਨੂੰ ਅਸੀਂ ਦੇਖਦੇ ਹਾਂ। ਪਰ ਇਹਦੇ 'ਚ ਇਹ ਹੈ ਕਿ ਬੰਦਾ ਮੁਕਤੀ ਲੱਭ ਰਿਹਾ, ਅਤੇ ਮੋਸਟਲੀ ਮੁਕਤੀ ਦਾ ਕੋਨਸੈਪਟ ਹੁੰਦਾ ਕਿ ਮਰਨ ਤੋਂ ਬਾਅਦ। ਆਪਾਂ ਟਿਊਜ਼ਡੇ ਬੱਚਿਆਂ ਨਾਲ ਡਿਸਕਸ਼ਨ ਵਾਸਤੇ ਆਪਾਂ ਐਫਰਟ ਪਾ ਰਹੇ ਸੀਗੇ ਪ੍ਰੀ ਮੈਰਿਟਲ ਕਾਉਂਸਲਿੰਗ ਸੈਸ਼ਨ ਦੇ ਵਿੱਚ, ਐਂਡ ਆਈ ਵਾਜ਼ ਮੈਂਸ਼ਨਿੰਗ ਦੇਅਰ ਕਿ ਲੋਕ ਕਈ ਵਾਰੀ ਮੈਨੂੰ ਪੁੱਛਦੇ ਨੇ ਕਿ
ਡੂ ਯੂ ਬਿਲੀਵ ਇਨ ਹੈਵਨ ਔਰ ਹੈਲ ਅਤੇ ਡੂ ਯੂ ਸੀ ਹੈਵਨ ਇਜ਼ ਰੀਅਲ? ਅਤੇ ਮੇਰਾ ਕਈ ਵਾਰੀ ਆਂਸਰ ਹੁੰਦਾ ਕਿ ਯੂ ਹੈਵਨਟ ਬੀਨ ਦੇਅਰ. ਉਹ ਕਹਿੰਦੇ ਵਟ ਯੂ ਮੀਨ ਹੈਵਨ? ਪੀਪਲ ਕੈਨ ਗੋ ਦੇਅਰ ਆਫਟਰ ਡੈਥ. ਮੈਂ ਕਿਹਾ ਨੋ. ਐਂਡ ਵਟ ਇਜ਼ ਹੈਵਨ ਐਕਚੁਅਲੀ? ਹੈਵਨ ਕੀ ਹੋਏਗੀ? ਆਪਾਂ ਡਿਵੋਸ਼ਨ ਦੀ ਗੱਲ ਕੀਤੀ ਨਾ, ਜਿੱਥੇ ਜ਼ਿੰਦਗੀ ਦੀ ਸਭ ਤੋਂ ਖੂਬਸੂਰਤੀ ਵਾਪਰ ਰਹੀ ਹੋਏ ਉਹ ਹੈਵਨ ਹੈ. ਸਭ ਤੋਂ ਵਧੀਆ ਚੀਜ਼ ਹੈਵਨ ਕੀ ਹੈ? ਤੁਹਾਡੇ ਘਰ ਤੋਂ ਵੱਡੀ ਹੈਵਨ ਕੀ ਹੋਏਗੀ? ਦ ਪਲੇਸ ਵੇਅਰ ਯੂ ਕੈਨ ਲਿਵ ਐਜ਼ ਯੂ ਵਾਂਟ ਟੂ ਲਿਵ, ਦ ਪਲੇਸ ਯੂ ਕੈਨ ਇੰਜੋਏ ਯੂਰ ਸੈਲਫ ਐਜ਼ ਯੂ ਵਾਂਟ ਟੂ ਇੰਜੋਏ, ਦ ਪਲੇਸ ਵਿਚ ਕੈਨ ਬ੍ਰਿੰਗ ਯੂ ਐਵਰੀ ਟਾਈਪ ਆਫ ਪੀਸ, ਹੈਪੀਨੈਸ, ਜੋਏ, ਕੰਫਰਟ ਟੂ ਯੂ, ਵਟ ਐਲਸ ਆਰ ਯੂ ਲੁਕਿੰਗ ਫੋਰ? ਜੇ ਬੰਦੇ ਨੂੰ ਉੱਥੇ ਚੀਜ਼ ਨਹੀਂ ਮਿਲ ਰਹੀ, ਕਿੱਥੇ ਮਿਲੇਗੀ? ਕਿਸੇ ਕਾਲਪਨਿਕ ਦੁਨੀਆ ਦੇ ਵਿੱਚ. ਬੰਦਾ ਕਹਿੰਦਾ ਗੱਲ ਤਾਂ ਠੀਕ ਹੈ ਭਾਈ ਸਾਹਿਬ, ਪਰ ਉਹਦਾ ਜ਼ਰੀਆ ਕੀ ਹੈ? ਹਾਊ ਵੀ ਕੈਨ ਕ੍ਰੀਏਟ ਦੈਟ ਹੈਵਨ ਔਰ ਆਵਰ ਹਾਊਸ ਹੋਲਡ ਐਜ਼ ਏ ਹੈਵਨ? ਹਾਂ ਜੀ, ਕਰ ਪਾਵੇਂ ਹੈ ਮੋਖ ਦੁਆਰ ਦਾ ਮਤਲਬ ਹੁੰਦਾ ਗੇਟਵੇ ਡੋਰ, ਆ ਤਰੀਕਾ ਹੈ. ਆਪਾਂ ਇਸੇ ਬਚਨ ਦੇ ਵਿੱਚੋਂ ਕੁਝ ਗੁਰਦੁਆਰੇ ਦੀ ਸਮਝ ਵੀ ਕਰਦੇ ਹਾਂ. ਵੈਸੇ ਮੋਸਟਲੀ ਅਸੀਂ ਕਈ ਵਾਰੀ ਵਰਡਸ ਨੂੰ ਨਾ ਇੰਟਰਚੇਂਜੇਬਲ ਵੇ ਨਾਲ ਯੂਜ਼ ਕਰ ਲੈਂਦੇ ਹਾਂ, ਅਤੇ ਨਥਿੰਗ ਰੋਂਗ ਵਿਦ ਦੈਟ, ਬਟ ਜਦੋਂ ਡੀਪ ਲੈਵਲ 'ਤੇ ਅੰਡਰਸਟੈਂਡਿੰਗ ਨਾਲ ਯੂਜ਼ ਕਰੀਏ ਫਿਰ ਵਰਡਸ ਪ੍ਰੋਪਰ ਯੂਜ਼ ਕਰਨੇ ਚਾਹੀਦੇ ਨੇ. ਜਿਵੇਂ ਆਪਾਂ ਗੁਰੂ ਘਰ ਕਹਿ ਦਿੰਦੇ ਹਾਂ, ਐਪਰੋਪਰੀਏਟ ਵਰਡ ਗੁਰੂ ਘਰ ਨਹੀਂ ਹੈਗਾ, ਗੁਰਦੁਆਰ ਹੈ. ਗੁਰਦੁਆਰਾ ਗੁਰੂ ਦਾ ਘਰ ਤਾਂ ਸਾਰੀ ਕਾਇਨਾਤ ਹੀ ਹੈ. ਇਹ ਦੁਆਰਾ, ਜ਼ਰੀਆ, ਗੇਟਵੇ, ਡੋਰ ਆ, ਜਿਸ ਡੋਰ ਦੇ ਜ਼ਰੀਏ ਤੁਸੀਂ ਉਸ ਗੁਰੂ ਤੱਕ ਪਹੁੰਚਾਈ, ਰਸਾਈ ਕਰਨੀ ਹੈ. ਸੋ ਸਾਹਿਬ ਕਹਿੰਦੇ ਜੇ ਕੋਈ ਰਿਐਲਿਟੀ ਦੇ ਵਿੱਚ ਉਸ ਚੀਜ਼ ਨੂੰ ਮੰਨੇ, ਐਕਸੈਪਟ ਕਰਕੇ, ਅਡੋਪਟ ਕਰਕੇ ਐਕਸਰਸਾਈਜ਼ ਕਰਨ ਲੱਗ ਜਾਏ, ਪਾਵੇਂ ਹੈ ਮੋਖ ਦੁਆਰ, ਅਸਲ ਵਿੱਚ ਉਹਦਾ ਗੇਟਵੇ ਉਹ ਪ੍ਰਾਪਤ ਕਰ ਲਏਗਾ, ਜਿਹਦੇ ਵਿੱਚੋਂ ਮੁਕਤੀ, ਮੋਕਸ਼, ਰੀਅਲ ਸੈਲਵੇਸ਼ਨ ਕਹਿ ਲਵੋ, ਰੀਅਲ ਕਾਇੰਡ ਆਫ ਯੂ ਕੈਨ ਸੇ, ਜਿੱਥੇ ਜਾ ਕੇ ਬੰਦੇ ਨੂੰ ਲੱਗੇ ਵੀ ਹਾਂ ਹੁਣ ਮੁਕਤੀ ਹੋ ਗਈ, ਮੋਕਸ਼ ਹੋ ਗਿਆ, ਉਹਦੀ ਬਾਤ ਬਾਬਾ ਜੀ ਨੇ ਕੀਤੀ. ਵੈਨ ਵਨ ਇਜ਼ ਪ੍ਰੈਕਟੀਕਲ ਫੋਲੋਇੰਗ ਵਾਹਿਗੁਰੂ ਪਾਤ, ਦੈਨ ਵਨ ਇਜ਼ ਏਬਲ ਟੂ ਫਾਈਂਡ ਦ ਡੋਰ ਆਫ ਲਿਬਰੇਸ਼ਨ, ਮੀਨਿੰਗ ਟਰੁੱਥਫੁੱਲ ਇੰਟੀਗ੍ਰਿਟੀ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹੜੀ ਐਕਚੁਅਲ ਲੈਵਲ 'ਤੇ ਬਾਤ ਆ. ਮਿਸਾਲੀ ਤੌਰ 'ਤੇ ਬਾਤ ਕਰ ਦਿੰਦਾ, ਦੇਖੋ ਸੰਸਾਰ ਆ, ਅਸੀਂ ਕੋਈ ਬੰਦਾ ਪਰਫੈਕਟ ਨਹੀਂ ਹੈਗਾ, ਮੇਰੇ 'ਚ ਪਤਾ ਨਹੀਂ ਕਿੰਨੇ ਫਲੋਜ਼ ਹੋਣਗੇ. ਯੂ ਕੈਨ ਨੋਟ ਇਮੈਜਨ ਹਾਊ ਮਚ ਮਿਸਟੇਕਸ ਆਈ ਡੂ ਐਵਰੀ ਡੇ, ਐਂਡ ਆਈ ਹੈਵ ਐਕਚੁਅਲੀ ਸਮ ਸੋਰਟ ਆਫ ਵੀਕਨੈਸ ਇਨ ਮੀ, ਐਂਡ ਵੀ ਆਰ ਆਲ ਐਕਚੁਅਲੀ ਵਰਕਿੰਗ ਹੇਅਰ ਐਂਡ ਦੇਅਰ, ਐਂਡ ਦੈਟਸ ਵਾਹਿਗੁਰੂ, ਵਾਹਿਗੁਰੂ ਦੀ ਇਹੀ ਬਖਸ਼ਿਸ਼ ਹੋਈ ਕਿ ਅਸੀਂ ਉੱਥੇ ਕੰਮ ਕਰ ਸਕੀਏ. ਬਹੁਤ ਸਰਲ ਕਰ ਦਿੰਦਾ ਜੀਵਨ ਆ, ਆਲੇ ਦੁਆਲੇ ਦੇ ਇਨਫਲੂਐਂਸ 'ਤੇ ਅਸੀਂ ਬਹੁਤ ਕੁਝ ਐਸਾ ਕਰ ਲੈਂਦੇ ਹਾਂ ਜਿਹੜਾ ਕਈ ਵਾਰੀ ਨਹੀਂ ਕਰਨਾ ਹੁੰਦਾ, ਵਕਤ ਪਾ ਕੇ ਉਹਨੂੰ ਫਿਕਸ ਵੀ ਕਰ ਲੈਂਦਾ ਬੰਦਾ. ਮੇਰੇ ਬੜੇ ਪਿਆਰੇ ਸੱਜਣ ਇੱਥੇ ਵੈਨਕੂਵਰ ਦੇ ਵਿੱਚ, ਅਤੇ ਉਹ ਬਹੁਤ ਪੁਰਾਣੇ ਆਏ, ਜਦੋਂ ਪਹਿਲੀ ਵਾਰੀ ਵੈਨਕੂਵਰ ਸ਼ਹਿਰ ਵਿੱਚ ਆਏ, ਉਹ ਪ੍ਰੇਰੀਸ ਤੋਂ ਆਏ ਸੀਗੇ, ਅਤੇ ਕਹਿੰਦੇ ਕਿ ਹਫ਼ਤਾ ਕਿ ਡੇਢ ਹਫ਼ਤਾ ਬਤੀਤ ਹੋਇਆ, ਮੇਰਾ ਐਕਸੀਡੈਂਟ ਹੋ ਗਿਆ ਰੋਡ 'ਤੇ, ਐਕਸੀਡੈਂਟ ਹੋਇਆ ਵਿੰਟਰ ਟਾਈਮ ਦੇ ਵਿੱਚ, ਟੋ ਟਰੱਕ ਵਾਲਾ ਆਇਆ, ਐਂਬੂਲੈਂਸ ਆਈ, ਸਭ ਚੀਜ਼ ਹੋਈ, ਅਤੇ ਉਸਨੇ ਆ ਕੇ ਟੋ ਟਰੱਕ ਵਾਲਿਆਂ ਨੂੰ ਗਾਈਡ ਕੀਤਾ, ਕਹਿੰਦੇ ਤੇਰੀ ਗੱਡੀ ਗੁੱਡੀ ਵਾਹਵਾ ਟੁੱਟ ਗਈ ਹੈ, ਅਤੇ ਤੂੰ ਹੁਣ ਲੰਮਾ ਪਿਆਰ ਹੋ, ਐਂਬੂਲੈਂਸ ਵਾਲੇ ਚੱਕ ਜਾਣਗੇ ਤੈਨੂੰ, ਤੇਰੀ ਜ਼ਿੰਦਗੀ ਦੀਆਂ ਰੋਟੀਆਂ ਬਣ ਗਈਆਂ ਅਤੇ ਗੱਲ ਬਣ ਗਈ, ਬਸ ਡਨ. ਤੂੰ ਕਹਿ ਦੀ ਮੇਰਾ ਇਸ ਤਰੀਕੇ ਨਾਲ ਲੱਖ ਹਿੱਲ ਗਿਆ ਸਾਰਾ ਕੁਛ, ਠੀਕ ਹੈ ਜੀ. ਉਹਨੇ ਕਹਿ ਤਾ ਜਿਵੇਂ ਟੋ ਟਰੱਕ ਵਾਲੇ ਨੇ ਕਿਹਾ, ਉਹ ਲਿਖਾ ਕੇ ਏਅਰਪੋਰਟ ਵਗੈਰਾ ਘਰ ਆ ਗਿਆ. ਹੁਣ ਜਦੋਂ ਘਰ ਆਇਆ, ਘਰ ਕੀ ਹੁੰਦਾ? ਮੋਖ ਦੁਆਰ. ਘਰ ਦੀ ਛੱਤ ਹੇਠ ਆਇਆ, ਆਪਣੇ ਪੰਡਿਤ ਜੀ ਸਾਡੇ, ਉਹਨਾਂ ਨਾਲ ਗੱਲ ਕੀਤੀ,
ਗੱਲਬਾਤ ਕਰਦੇ ਹਾਂ, ਦੋ ਚਾਰ ਮਿੰਟ ਹੋਰ ਸੋਚਿਆ ਸਮਝਿਆ। ਇੱਕਦਮ ਅੰਦਰੋਂ ਆਵਾਜ਼ ਆਈ, ਆਂਟੀ ਜੀ ਨੇ ਆਵਾਜ਼ ਵਿੱਚ ਸੈਕਿੰਡ ਆਵਾਜ਼ ਰਲਾਈ, ਨੋ ਰੀਅਲੀ ਸੱਚੀ ਤੈਨੂੰ ਸੱਟ ਲੱਗੀ ਹੈ ਰੀਅਲੀ ਤੂੰ? ਕਹਿੰਦੇ ਕੁਛ ਹੈ ਹੋਇਆ ਹੋਇਆ ਤਾਂ ਹੈ ਨਹੀਂ, ਗੱਡੀ ਸਾਰੀ ਟੁੱਟ ਗਈ, ਨੋ ਡਾਊਟ, ਪਰ ਮੈਂ ਤਾਂ ਫੁੱਲਾਂ ਵਾਂਗੂ ਬਚ ਗਿਆ, ਪਤਾ ਹੀ ਨਹੀਂ ਹੋਇਆ। ਕਰ ਕਰਾ ਕੇ ਰਾਤ ਬੜੀ ਮੁਸ਼ਕਿਲ ਬਤੀਤ ਹੋਈ, ਦਿਨ ਚੜ੍ਹਿਆ। ਸਭ ਤੋਂ ਪਹਿਲਾਂ ਉਸੇ ਜਿਸਨੇ ਰਿਪੋਰਟ ਲਿਖੀ ਉਹਦੇ ਕੋਲ ਗਿਆ, ਜਾ ਕੇ ਇੰਸ਼ੋਰੈਂਸ ਵਾਲੇ ਕੋਲ, ਹੁਣ ਜਾ ਕੇ ਕਹਿੰਦਾ, ਕਹਿੰਦਾ ਯੂ ਨੋ ਸੋਰੀ ਫੋਰ ਦੈਟ, ਆਈ ਰੀਅਲੀ ਲਾਈ ਯੈਸਟਰਡੇ, ਵਟ ਐਵਰ ਆਈ ਸੈਡ ਇਟਸ ਨੋਟ ਰਾਈਟ। ਉਹ ਕਹਿੰਦਾ ਮੇਰੀ ਫਾਈਲ ਚੱਕ ਕੇ ਸਾਈਡ 'ਤੇ ਰੱਖ ਕੇ ਬੜਾ ਹੱਸਿਆ, ਢਹਾਕਾ ਮਾਰ ਕੇ ਕਹਿੰਦਾ, ਕਹਿੰਦਾ ਭਲਿਆ, ਬੜੀ ਛੇਤੀ ਆਪਣਾ ਭਲਾ ਲੱਭ ਗਿਆ ਤੈਨੂੰ, ਕਹਿੰਦਾ ਅਦਰਵਾਈਜ਼ ਇੱਥੇ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਹੁਣ ਦੇਖੋ ਧਿਆਨ ਦੇ ਨਾਲ, ਜ਼ਿੰਦਗੀ 'ਚ ਮੋਸਟਲੀ ਸਾਨੂੰ ਮਟੀਰੀਅਲ ਬਹੁਤ ਅਪੀਲ ਕਰਦਾ, ਮਾਫੀ ਚਾਹ, ਸਾਡੇ ਪ੍ਰੋਬਲਮਸ ਬਹੁਤ ਨੇ। ਅੱਜ ਵੀਰ ਜੀ ਨੇ ਬਾਤ ਕਰ ਰਿਹਾ ਸੀਗਾ, ਸਿਸਟਮ ਨੇ ਇਸ ਤਰੀਕੇ ਨਾਲ ਬਣਾ ਦਿੱਤਾ, ਜਿੰਨਾ ਮਰਜ਼ੀ ਕਮਾ ਲਓ ਉਨਾ ਥੋੜ੍ਹਾ ਆ, ਜਿੰਨਾ ਮਰਜ਼ੀ ਲੈ ਲਓ, ਕਿਉਂਕਿ ਸਿਸਟਮ ਇਸ ਤਰੀਕੇ ਨਾਲ ਉਹਨਾਂ ਕ੍ਰੀਏਟ ਕਰ ਦਿੱਤਾ। ਪਰ ਡੀਪ ਐਂਡ 'ਤੇ ਕੁਝ ਚੀਜ਼ਾਂ ਕਮਾਉਣ ਦੀਆਂ ਹੁੰਦੀਆਂ ਨੇ, ਟਰੁੱਥਫੁਲਨੈਸ, ਐਥਿਕਸ, ਇੰਟੀਗ੍ਰਿਟੀ, ਨੈਵਰ ਐਵਰ ਟਰਾਈ ਟੂ ਕੰਪਰੋਮਾਈਜ਼ ਇਟ। ਲੌਂਗ ਰਨ ਦੇ ਵਿੱਚ ਇਹਦੀ ਬੜੀ ਹਾਈ ਪ੍ਰਾਈਸ ਪੇ ਕਰਨੀ ਪਏਗੀ। ਨਨ ਕੈਨ ਐਕਚੁਅਲੀ ਬ੍ਰਿੰਗ ਹੈਲ ਟੂ ਅਸ, ਨਨ ਕੈਨ ਐਕਚੁਅਲੀ ਯੂ ਕੈਨ ਸੇ ਪੁਸ਼ ਅਸ ਟੂਵਰਡ ਦ ਹੈਲ, ਇਟਸ ਆਵਰ ਓਨ ਕਾਇੰਡ ਆਫ ਐਕਸ਼ਨਸ, ਐਂਡ ਦੋਜ਼ ਐਕਸ਼ਨਸ ਆਰ ਕਮਿੰਗ ਵਿਦ ਆਵਰ ਓਨ ਕਾਇੰਡ ਆਫ ਨੈਰੋ ਮਾਇੰਡ ਸੈਟ। ਵੈਨ ਵੀ ਆਰ ਟੋਟਲ ਇਨ ਬਿਲੀਵ ਆਫ ਵਾਹਿਗੁਰੂ ਜੀ, ਐਂਡ ਐਟ ਦ ਸੇਮ ਟਾਈਮ ਵੀ ਆਰ ਏਬਲ ਟੂ ਐਕਸਰਸਾਈਜ਼ ਇਨ ਡੇ ਟੂ ਡੇ ਲਾਈਫ। ਬਾਬਾ ਜੀ ਸੇਇੰਗ ਹੇਅਰ, ਮੰਨੇ ਪਾਵੇਂ, ਯੂ ਗੋ ਨਾ ਗੈਟ ਯੂਰ ਗੇਟ ਯੂਰ ਸੈਲਵੇਸ਼ਨ, ਯੂਰ ਗੇਟ ਵੇ ਆਫ ਯੂਰ ਮੁਕਤੀ, ਮੋਕਸ਼ਾ। ਉਸ ਰੂਪ ਵਿੱਚ ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਕੂੜ ਤੋਂ ਖਲਾਸੀ, ਕੂੜ ਇਹੀ ਹੈ। ਸੋ ਇੱਥੇ ਹੈ ਕਿ ਦੈਨ ਵਨ ਇਜ਼ ਏਬਲ ਟੂ ਫਾਈਂਡ ਦ ਡੋਰ ਵੇ ਆਫ ਲਿਬਰੇਸ਼ਨ। ਇਸ ਰੂਪ ਦੇ ਵਿੱਚ ਜੇ ਇਗਜ਼ਾਮਪਲਰੀ ਲੈਵਲ 'ਤੇ ਬਾਤ ਕਰਨੀ ਹੋਏ ਤਾਂ ਬਹੁਤ ਕੁਝ ਕਹਿਣ ਵਾਸਤੇ ਹੈ, ਪਰ ਟੂਕ ਮੰਤਰੀ ਬੇਨਤੀ ਕਰਾਂ ਮੈਂ। ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ, ਤੇਰੇ ਸੋ ਮੈਨੀ ਇਗਜ਼ਾਮਪਲਸ ਆਈ ਕੈਨ ਗਿਵ ਯੂ ਹੇਅਰ, ਬਟ ਇੱਥੇ ਕਿਹਾ ਗੁਰ ਕਹਿਆ ਸਾਕਾਰ ਕਮਾਵੋ, ਇੱਥੇ ਮੰਨਣਾ ਪਏਗਾ ਜੋ ਗੁਰੂ ਨੇ ਕਿਹਾ ਉਹਨੂੰ ਐਜ਼ ਇਟ ਇਜ਼ ਅਡੋਪਟ ਅਤੇ ਐਕਸੈਪਟ ਕਰ ਲਿਆ। ਸ਼ਬਦ ਚੀਨ ਸਹਿਜ ਕਰੇ ਆਵੋ, ਸ਼ਬਦ ਚੀਨ, ਸ਼ਬਦ ਦੇ ਵਿੱਚੋਂ। ਵੈਸੇ ਇਹਦੇ ਬਾਬਤ ਕਈ ਵਾਰੀ ਗੱਲ ਹੋਈ ਹੈ ਕਿ ਵੈਨ ਗੁਰੂ ਇਜ਼ ਗੋਨਾ ਐਕਚੁਲੀ ਗਿਵ ਅਸ ਸਮ ਬਲੈਸਿੰਗਸ, ਦੈਨ ਵੀ ਗੋਨਾ ਗੈਟ ਦ ਨੈਕਸਟ ਲੈਵਲ ਆਫ ਇਨ ਆਵਰ ਲਾਈਫ, ਔਰ ਸਮ ਸੋਰਟ ਆਫ ਯੂ ਕੈਨ ਸੇ ਮਤਲਬ ਕੁਝ ਜ਼ਿੰਦਗੀ ਦੀਆਂ ਪ੍ਰਾਪਤੀਆਂ ਹੋਣਗੀਆਂ, ਜਾਂ ਗੁਰੂ ਦੀ ਬਖਸ਼ਿਸ਼ ਹੀ ਆਪਣੇ ਆਪ 'ਚ ਪ੍ਰਾਪਤੀ ਹੈ। ਦੇਖੋ ਦੋਨਾਂ ਨੂੰ ਫਿਰ ਆਪਾਂ ਨਾ ਬਹੁਤ ਹੈਂਡ ਇਨ ਹੈਂਡ ਜਾਣ ਵਾਲੀਆਂ ਚੀਜ਼ਾਂ ਨੇ। ਇੱਕ ਦਿਨ ਮਾਂ ਬੱਚੇ ਨੂੰ ਕੋਲ ਬਿਠਾਉਂਦੀ ਹੈ ਅਤੇ ਉਹਨੂੰ ਵਿਜ਼ਨ ਕਰਾ ਦਿੰਦੀ ਹੈ ਕਿ ਤੂੰ ਆਹ ਬਣਨਾ ਆ। ਮਾਂ ਦੀਆਂ ਗੱਲਾਂ ਦੇ ਜ਼ਰੀਏ ਬੱਚਾ ਉਹ ਵਿਜ਼ਨ ਪ੍ਰਸੀਵ ਕਰ ਲੈਂਦਾ, ਇੱਕ ਦਿਨ ਬਣ ਜਾਂਦਾ। ਸ਼ਬਦ ਚੀਨ, ਸ਼ਬਦ ਦੀ ਇਹੀ ਤਾਕਤ ਹੁੰਦੀ ਹੈ। ਜੇ ਸੁਪੋਜ਼ ਕਰੋ, ਮਤਲਬ ਈਵਨ ਅੱਜ ਕੱਲ੍ਹ ਦੇ ਐਜੂਕੇਸ਼ਨਲ ਸਾਈਕੋਲੋਜਿਸਟ ਨੂੰ ਤੁਸੀਂ ਪੜ੍ਹੋ, ਉਹਨਾਂ ਨੇ ਬਹੁਤ ਕੁਝ ਇਹਦੇ ਬਾਰੇ ਲਿਖ ਦਿੱਤਾ, ਕਲੀਅਰ ਕਰ ਦਿੱਤਾ। ਉਹ ਕਹਿੰਦੇ ਜਦੋਂ ਟੀਚਰ ਪੜ੍ਹਾ ਰਿਹਾ ਹੈ ਨਾ, ਟੀਚਰ ਸ਼ਬਦਾਂ 'ਚ ਪੜ੍ਹਾ ਰਿਹਾ, ਬੱਚਾ ਸ਼ਬਦਾਂ 'ਚ ਨਹੀਂ ਲੈ ਰਿਹਾ, ਬੱਚਾ ਉਸਨੂੰ ਰਿਐਲਿਟੀ 'ਚ ਇਮੈਜਿਨ ਕਰ ਰਿਹਾ। ਜੇ ਸ਼ਬਦਾਂ ਨੂੰ ਬੱਚਾ ਰਿਐਲਿਟੀ ਦੇ 'ਚ ਆਪਣੀ ਸੁਰਤ 'ਚ ਇਮੈਜਿਨ ਨਹੀਂ ਕਰ ਪਾ ਰਿਹਾ, ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਕੀ ਪੜ੍ਹਾਇਆ ਜਾ ਰਿਹਾ। ਇਹੀ ਇਹ ਚੀਜ਼ ਆ, ਇਹ ਸਹਿਜ ਦਾ ਮਤਲਬ ਪੌਜ਼ ਵੀ ਹੁੰਦਾ ਇੱਕ, ਇਹ ਜਿਹੜੀ ਇਮੈਜੀਨੇਸ਼ਨ ਤੁਹਾਨੂੰ ਉਸ ਪੌਜ਼ 'ਚ ਲੈ ਕੇ ਜਾਂਦੀ ਹੈ, ਤੁਹਾਨੂੰ ਸ਼ਬਦ ਜਦੋਂ ਤੁਸੀਂ ਉਹਨੂੰ ਬਿਲਕੁਲ ਪਹਿਚਾਨਣਾ ਸ਼ੁਰੂ ਕਰ ਦਿੰਦੇ ਹੋ,
ਗੁਰੂ ਬਾਬਾ ਜੀ ਨੇ ਵਿਜ਼ਨ ਕਰਾਇਆ ਭਾਈ ਲਹਿਣਾ ਜੀ ਨੂੰ, ਵਿਜ਼ਨ ਕਰ ਗਏ ਉਹ ਵੀ ਗੁਰੂ ਇਜ਼ ਬ੍ਰਿੰਗਿੰਗ ਦਿਸ ਵਿਜ਼ਨ ਔਰ ਦਿਸ ਸੋਰਟ ਆਫ ਯੂ ਕੈਨ ਸੇ ਵੇ ਆਫ ਲਾਈਫ ਇਨ ਦਿਸ ਵਰਲਡ ਐਂਡ ਆਈ ਐਮ ਗੋਇੰਗ ਟੂ ਬੀ ਦਾ ਨੈਕਸਟ ਬ੍ਰਿਜ ਫਾਰ ਦਿਸ ਵੇ ਆਫ ਲਾਈਫ। ਮਹਾਰਾਜ ਨੇ ਰਿਸਪੋਂਸੀਬਿਲਿਟੀ ਦੇ ਦਿੱਤੀ। ਇੱਥੇ ਕਿਹਾ ਗੁਰ ਕਹਿਆ ਸਾਕਾਰ ਕਮਾਵੋ ਸ਼ਬਦ ਚੀਨ ਸਹਿਜ ਕਰੇ ਆਵੋ ਸੱਚ ਹੈ ਨਾ ਏ ਵਡਾਈ ਪਾਵੋ। ਇਹਦੇ ਵਿੱਚ ਹੀ ਵਡਿਆਈ ਹੈ। ਗੁਰਮਤ ਮਾਨਿਆ ਕਰਨੀ ਸਾਰ, ਸ੍ਰੇਸ਼ਟ ਕਰਨੀ ਸਾਰ, ਸਭ ਤੋਂ ਬੈਸਟ ਕਰਨੀ ਤੁਹਾਨੂੰ ਪ੍ਰਾਪਤ ਹੋ ਗਈ। ਮੋਸਟਲੀ ਹੁੰਦਾ ਆਪਾਂ ਕੋਈ ਵੀ ਕੰਮ ਕਾਰ ਕਰਦੇ ਆਪਾਂ ਨੂੰ ਲੱਗਦਾ ਵੀ ਨਹੀਂ ਆਹ ਕੰਮ ਬਹੁਤ ਵਧੀਆ, ਬਸ ਆਹ ਕੰਮ ਕਰਨ ਨੂੰ ਮਿਲ ਜੇ। ਜਿਵੇਂ ਮੈਂ ਜੇ ਹੁਣੇ ਬੱਚੇ ਦੀ ਬਾਤ ਕੀਤੀ ਹੈ ਕਿ ਉਹ ਬੱਚਾ ਨਸ਼ਾ ਕਰਦਾ ਇਸ ਤਰੀਕੇ ਨਾਲ ਕਰਦਾ ਇਸ ਤਰੀਕੇ ਨਾਲ ਕਰਦਾ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਉਹ ਨਸ਼ਾ ਕਰਕੇ ਆਇਆ ਤੈਨੂੰ ਕਹਿਣਾ ਕੁਛ ਨਹੀਂ ਗਾ। ਲਿਟਰਲੀ ਤੌਰ 'ਤੇ ਉਹਦੇ 'ਚ ਬੱਚੇ 'ਚ ਇੱਕ ਦਿਨ, ਦੋ ਦਿਨ, ਤਿੰਨ ਦਿਨ, ਤੀਜੇ ਕੁ ਦਿਨ ਤੱਕ ਬੱਚੇ ਨੂੰ ਅਹਿਸਾਸ ਹੋਏਗਾ ਵੀ ਆਈਦਰ ਦੇ ਗਿਵ ਅਪ ਟੂ ਮੀ ਕੰਪਲੀਟਲੀ ਔਰ ਅਦਰਵਾਈਜ਼ ਦੇ ਹੈਵ ਚੂਜ਼ਨ ਐਨੀ ਅਦਰ ਸਟ੍ਰੈਟਜੀ। ਸੋ ਵਟ ਟੂ ਡੂ, ਲੈਟਸ ਫਾਈਂਡ ਆਊਟ। ਫਾਈਂਡ ਆਊਟ ਕਿਵੇਂ ਕਰਾਂਗੇ, ਇਹਨਾਂ ਨੇ ਗਿਵ ਅਪ ਕਰਤਾ ਮੇਰੇ 'ਤੇ ਜਾਂ ਕੋਈ ਸਟ੍ਰੈਟਜੀ ਚੇਂਜ ਕੀਤੀ ਹੈ। ਕੱਲ੍ਹ ਤੱਕ ਤੁਸੀਂ ਉਹਦੇ ਕੋਲ ਭੱਜ ਭੱਜ ਕੇ ਜਾ ਰਹੇ ਸੀਗੇ, ਸਟੱਡੀਜ਼ ਦੱਸਦੀਆਂ ਨੇ ਦੂਜੇ ਤੀਜੇ ਚੌਥਾ ਦਿਨ ਨਹੀਂ ਪਏਗਾ। ਉਹ ਡਾਇਰੈਕਟਲੀ ਇਨਡਾਇਰੈਕਟਲੀ ਆਈਦਰ ਤੁਹਾਨੂੰ ਬੱਗ ਕਰੇਗਾ, ਗੱਲ ਕਰ ਪਤਾ ਕਰਨਾ ਚਾਹੇਗਾ ਵੀ ਐਕਚੁਅਲੀ ਹੁਣ ਹੋ ਕੀ ਰਿਹਾ ਆ। ਜਦੋਂ ਉਹ ਆਵੇਗਾ ਤੁਹਾਡੇ ਤੱਕ, ਦੈਨ ਡੂ ਯੂ ਹੈਵ ਐਨੀ ਪਲਾਨ? ਸਪੋਜ਼ ਦੈਟ ਕਿਡ ਇਜ਼ ਅੰਡਰਸਟੈਂਡਿੰਗ, ਓਕੇ ਯੂ ਗਾਇਜ਼ ਗਿਵ ਅਪ ਐਟ ਮੀ, ਬਟ ਯੂ ਨੋ ਡੋਂਟ ਵਰੀ, ਦਿਸ ਇਜ਼ ਨੋਟ ਬੈਡ ਥਿੰਗ, ਹੀ ਇਜ਼ ਗੋਨਾ ਟਰਾਈ ਟੂ ਜਸਟੀਫਾਈ ਟੂ ਯੂ, ਦੈਨ ਯੂ ਹੈਵ ਅ ਰੀਅਲੀ ਗੁੱਡ ਰੋਲ। ਸੁਣਿਆ ਲਿਸਨਿੰਗ, ਓਕੇ ਅੱਛਾ, ਬੈਡ ਚੀਜ਼ ਨਹੀਂ ਹੈਗੀ। ਕਿਵੇਂ ਨਹੀਂ ਹੈਗੀ? ਉਹ ਮੈਂ ਤੁਹਾਨੂੰ ਐਕਸਪਲੇਨ ਕਰਦਾ। ਉਹ ਜਿਹੜੇ ਲੋਕ ਨਸ਼ਾ ਅਡਿਕਟ ਹੋ ਜਾਂਦੇ ਨਾ, ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਇਸ ਤਰੀਕੇ ਨਾਲ। ਅੱਛਾ ਪ੍ਰੋਬਲਮ ਕੀ ਹੁੰਦੀ ਪੁੱਤ ਅਡਿਕਟ ਹੋ ਗਏ ਉਹਨਾਂ ਦੀ, ਉਹ ਫਿਰ ਉਹ ਇਹ ਨੁਕਸਾਨ ਕੀ ਨੁਕਸਾਨ ਕਰਦੀ ਹੈ ਪੁੱਤ? ਦੈਟ ਵਾਜ ਨੈਕਸਟ ਸਟੈਪ। ਅੱਛਾ ਨੁਕਸਾਨ ਨੁਕਸਾਨ ਹੀ ਕਰਦੀ ਹੈ ਪੇ ਦੇ ਨਾਲ, ਬੰਦਾ ਨਾ ਸਕਿਜ਼ੋਫਰੈਨਿਕ ਵੀ ਹੋ ਜਾਂਦਾ, ਆਹ ਵੀ ਹੋ ਜਾਂਦਾ। ਹੁਣ ਜਦੋਂ ਤੁਹਾਨੂੰ ਦੱਸ ਰਿਹਾ ਨਾ ਜੋ ਕੁਝ ਤੁਸੀਂ ਦੱਸਣਾ ਸੀ ਉਹਨੂੰ, ਨਾਓ ਹੀ ਇਜ਼ ਐਕਸਪਲੇਨਿੰਗ ਟੂ ਯੂ ਐਂਡ ਮੀਨ ਵਾਈਲ ਹੀ ਇਜ਼ ਟਰਾਇੰਗ ਟੂ ਟੈਲ ਯੂ ਇਹ ਮੈਨੂੰ ਨਹੀਂ ਹੋਏਗਾ। ਪੁੱਤ ਤੇਰੀ ਪਹਿਲੀ ਗੱਲ ਬਿਲਕੁਲ ਠੀਕ ਹੈ ਵੀ ਇਹਦੇ ਨਾਲ ਇਹ ਹੋ ਜਾਂਦਾ, ਪਰ ਤੈਨੂੰ ਨਹੀਂ ਹੋਏਗਾ ਇਹਦੀ ਕੀ ਗਰੰਟੀ ਹੈ? ਹਾਓ ਯੂ ਗੋਨਾ ਗਿਵ ਅਸ ਦਿਸ ਇੰਸ਼ੋਰੈਂਸ ਸ਼ੋਰਟੀ ਦੈਟ ਯੂ ਆਰ ਨੋਟ ਗੋਨਾ ਥਰੂ ਵਿਦ ਦੈਟ? ਬ੍ਰਿਜਿੰਗ ਹੋ ਗਈ। ਇਹ ਐਕਚੁਅਲੀ ਚੀਜ਼ ਆ। ਬਾਬਾ ਜੀ ਨੇ ਇੰਪਾਵਰਮੈਂਟ ਐਵੇਂ ਦਿੱਤੀ। ਬਾਬਾ ਜੀ ਪ੍ਰੀਚ ਉਪਦੇਸ਼ ਨਹੀਂ ਸੀ ਕਰਦੇ, ਬਾਬਾ ਜੀ ਕਹਿੰਦੇ ਆਓ ਗੱਲ ਕਰਦੇ। ਜਦੋਂ ਗੱਲ ਕਰਦੇ ਤੇ ਉਦੋਂ ਮਾਨਿਆ, ਉਹ ਕਹਿੰਦੇ ਅੱਛਾ ਫਿਰ ਬਾਬਾ ਜੀ ਅੱਛਾ ਆਹ ਗੱਲਾਂ ਨੇ ਇਸ ਤਰੀਕੇ ਨਾਲ, ਸਾਡੀ ਗੱਲ ਤੁਸੀਂ ਸੁਣ ਲਈ ਪਰ ਆਪਾਂ ਕਰਨਾ ਕਿਵੇਂ? ਕਹਿੰਦੇ ਸਾਰ ਸ੍ਰੇਸ਼ਟ ਬੈਸਟ ਕਰਨੀ ਹੈ, ਕੀ ਕਰਾਂਗੇ? ਉਵੇਂ ਆਹ ਗੱਲ ਮੰਨ ਕੇ ਵੇਖ ਲਓ ਤੁਸੀਂ, ਆਹ ਇਸ ਤਰੀਕੇ ਨਾਲ ਕੀਤਾ ਨਾ। ਸਪੋਜ਼ ਸਰਲ ਭਾਵ ਵਿੱਚ ਬਾਤ ਕਰ ਦਿੰਦਾ ਕਿ ਆਪਾਂ ਨਸ਼ਾ ਕਰਦੇ ਹਾਂ ਕਾਹਦੇ ਵਾਸਤੇ? ਟੂ ਫੀਲ ਹਾਈ। ਵਾਈ? ਵਟ ਆਰ ਦਾ ਐਕਚੁਲੀ ਥਿੰਗਸ ਔਰ ਵਟ ਇਜ਼ ਬ੍ਰਿੰਗਿੰਗ ਯੂ ਲੋ? ਇਫ ਵੀ ਆਰ ਏਬਲ ਟੂ ਵਰਕ ਟੂਵਰਡ ਦੈਟ ਸਾਈਡ, ਦੈਨ ਯੂ ਡੋਂਟ ਹੈਵ ਟੂ ਫੀਲ ਹਾਈ, ਯੂ ਡੋਂਟ ਹੈਵ ਟੂ ਐਚ ਲੁੱਕ ਐਨੀ ਸੋਰਟ ਆਫ ਹਾਈ। ਇਫ ਯੂ ਨੋ ਦੈਟ ਵਟ ਇਜ਼ ਬ੍ਰਿੰਗਿੰਗ ਯੂ ਲੋ, ਆਪਾਂ ਗੱਲ ਕਰਨੀ ਸ਼ੁਰੂ ਕਰ ਦਿੱਤੀ। ਓਕੇ ਇਟ ਬ੍ਰਿੰਗਸ ਮੀ ਹੈਪੀਨੈਸ, ਓਕੇ ਵਟ ਇਜ਼ ਟੇਕਿੰਗ ਹੈਪੀਨੈਸ ਅਵੇ ਫਰੋਮ ਯੂ, ਲੈਟਸ ਵਰਕ ਟੂਵਰਡ ਦੈਟ ਸਾਈਡ। ਇਹ ਚੀਜ਼ ਆ ਜਦੋਂ ਕਰਨੀ ਸਾਰ, ਜਿਹੜੀ ਚੀਜ਼ ਤੁਹਾਨੂੰ ਸ੍ਰੇਸ਼ਟ ਤੋਂ ਲੋਅਰ ਲੈਵਲ 'ਤੇ ਲੈ ਕੇ ਆ ਰਹੀ ਆ, ਆਪਾਂ ਉਹਤੇ ਕੰਮ ਕਰਦੇ ਹਾਂ। ਗੁਰਮਤ ਮਾਨਿਆ, ਜਦੋਂ ਗੁਰੂ ਕੀ ਮਤ ਨੂੰ ਮੰਨ ਲਵੋਗੇ, ਵਿਜ਼ਡਮ ਆਫ ਗੁਰੂ, ਵੈਨ ਸਮ ਵਨ ਇਜ਼ ਰੈਡੀ ਟੂ ਫੋਲੋ ਦਾ ਪਾਥ, ਫੋਲੋ ਦਾ ਵਿਜ਼ਡਮ ਆਫ ਗੁਰੂ, ਮੋਖ ਦੁਆਰ।
ਬੱਚੇ ਸਾਨੂੰ ਅੱਜ ਮੇਰੇ ਬੱਚੇ ਤੁਹਾਨੂੰ ਆਏ ਨਹੀਂ ਅੱਜ ਇੱਥੇ, ਅਦਰਵਾਈਜ਼ ਤੁਹਾਡੇ ਨੈਫਿਊ ਨੀ ਸਾਰੇ ਹੈ ਨਾ, ਤੋ ਗੱਲਾਂ ਹੁੰਦੀਆਂ ਕਈ ਵਾਰੀ ਅਤੇ ਮੈਨੂੰ ਕਹਿਣਗੇ ਕਈ ਵਾਰੀ ਉਹ ਯੂ ਨੋ ਵੈਨ ਆਈ ਐਮ ਗੋਨਾ ਗੋ ਟੂ ਯੂਨੀਵਰਸਿਟੀ ਆਈ ਵਾਂਟ ਦਿਸ ਕਾਰ ਮੈਂ ਮਤਲਬ ਸਿੰਪਲ ਲੈਵਲ 'ਤੇ ਜਵਾਬ ਦੇਣਾ, ਮੈਂ ਆਈ ਡੋਂਟ ਥਿੰਕ ਸੋ, ਦਿਸ ਵੁੱਡ ਬੀ ਐਕਚੁਲੀ ਵੈਰੀ ਚੀਪ ਕੰਪੇਅਰ ਟੂ ਯੂਅਰ ਸਟੈਂਡਰਡ. ਰੀਅਲੀ? ਯਾ, ਬਹੁਤ ਚੀਪ ਕਾਰ ਹੈ ਤੂੰ, ਪੁੱਤ ਮੇਰੇ ਵਿਜ਼ਨ ਵਿੱਚ ਤੂੰ ਇਸ ਤੋਂ ਬਹੁਤ ਮਹਿੰਗੀ ਕਾਰ ਚਲਾਏਗਾ. ਅੱਛਾ, ਹਾਂ, ਅਤੇ ਇਹ ਕਾਰ ਜਿਹੜੀ ਹੈ ਨਾ, ਜੇ ਸਪੋਜ਼ ਕਰੋ ਮੈਂ ਬਾਏ ਕਰਕੇ ਦੇਵਾਂਗਾ, ਕੋਈ ਹੋਰ ਬਾਏ ਕਰਕੇ ਦੇਵੇਗਾ, ਉਹਦਾ ਲੈਵਲ ਹੋਰ ਲੋ ਹੋ ਜਾਣਾ. ਹਾਓ ਅਬਾਊਟ ਇਫ ਯੂ ਗੋ ਟੂ ਦਾ ਸ਼ੋਰੂਮ ਐਂਡ ਦੈਨ ਯੂ ਬਾਏ ਬਾਈ ਯੋਰ ਸੈਲਫ, ਹਾਊਜ਼ ਦੈਟ? ਹੁਣ ਤੁਸੀਂ ਉਹਨੂੰ ਵਿਜ਼ਨ ਦੇ ਤਾ, ਅਤੇ ਇਹਦਾ ਲਗਾਤਾਰ ਸਿਮਰਨ ਹੋਏਗਾ. ਉਹ ਪੁੱਤ ਤੂੰ ਕਿਹੜੀ ਚੀਜ਼, ਤੇਰੇ ਤੋਂ ਇਸ ਤੋਂ ਕਿਤੇ ਵੱਡੀ ਦੁਨੀਆ ਤੇਰੀ ਵੇਟ ਕਰ ਰਹੀ ਹੈ? ਤੂੰ ਆਪਣੇ ਆਪ ਨੂੰ ਅੰਡਰਸਟੀਮੇਟ ਕਰ ਰਿਹਾ. ਆ ਬਾਬਾ ਜੀ, ਇਹ ਕੀ ਹੈ? ਇਹ ਵਿਜ਼ਡਮ ਹੈ, ਮਤ ਹੈ. ਗੁਰੂ ਸਾਹਿਬ ਇਹ ਚੀਜ਼ ਸਿਖਾਉਂਦੇ, ਗੁਰਮਤ, ਦਿਸ ਇਜ਼ ਰੀਅਲ ਮਤ. ਇੱਥੇ ਕਿਹਾ ਮਾਨਿਆ ਮੋਖ ਦੁਆਰ, ਲੋਕ ਮੁਕਤੀ ਲੱਭਦੇ, ਮੋਕਸ਼ ਲੱਭਦੇ, ਅਤੇ ਮੁਕਤੀ ਅਤੇ ਮੋਕਸ਼ ਲੱਭਦੇ ਹੋਏ ਨਾ ਵਿਚਾਰੇ ਪਾਗਲ ਹੋ ਜਾਂਦੇ, ਕਮਲੇ ਹੋ ਜਾਂਦੇ, ਮਤਲਬ ਸਭ ਕੁਝ ਛੱਡ ਦਿੰਦੇ. ਜਿਹਨੂੰ ਬਾਬਾ ਜੀ ਕਹਿੰਦੇ, ਮੈਂ ਦੇਖਿਆ ਸੰਸਾਰ ਦੇ ਵਿੱਚ ਕਰਦੇ, ਕਿਹਨੇ ਪੱਗ ਉੱਪੇ ਤਾਣਾ, ਆਪਣਾ ਕੀਆ ਕਮਾਣਾ, ਅਲ ਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ. ਮੁਕਤੀ ਤਾਂ ਕੀ ਮਿਲਣੀ ਸੀ? ਧਰਤੀ 'ਤੇ ਇੱਜ਼ਤ ਵੀ ਨਾ ਰਹੀ, ਨਾ ਕੱਪੜੇ ਵੀ ਤਿਆਗ ਦਿੱਤੇ, ਸਿਰ ਦੇ 'ਚ ਸਵਾਹ ਪਾ ਲਈ, ਸਾਰਾ ਕੁਝ ਕਰਾ, ਕਾਹਦੇ ਵਾਸਤੇ? ਮੁਕਤੀ. ਮੁਕਤੀ ਤਾਂ ਕੋਈ ਨਹੀਂ ਮਿਲੀ, ਉਲਟਾ ਹੋ ਗਿਆ ਵਿਚਾਰਾ, ਐਜ਼ ਏ ਹਿਊਮਨ ਵੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ. ਗੁਰੂ ਬਾਬਾ ਜੀ ਕਹਿੰਦੇ ਤੂੰ ਇਸ ਸੰਸਾਰ ਵਿੱਚ ਰਹੋ. ਮਹਾਰਾਜ ਮੁਕਤੀ ਚਾਹੀਦੀ, ਬਾਬਾ ਜੀ ਕਹਿੰਦੇ ਦੇ ਦਿਆਂਗੇ. ਆਈ ਹੈਵਨ ਐਕਚੁਅਲੀ ਬ੍ਰੋਟ ਦੋਜ਼ ਕਾਇੰਡ ਆਫ ਸ਼ਬਦਸ ਓਵਰ ਹੇਅਰ, ਈਵਨ ਆਈ ਕੈਨ ਗਿਵ ਦੋਜ਼ ਐਗਜ਼ਾਮਪਲਸ ਟੂ, ਮੈਂ ਉੱਥੇ ਰੂਪ ਵਿੱਚ, ਪਰ ਜੇ ਬੋਲ ਕੇ ਤੁਹਾਨੂੰ ਦੱਸ ਦਿਆਂ. ਮਹਾਰਾਜ ਕਹਿੰਦੇ ਹੱਸਣ ਦੇ ਹਾਂ, ਖੇਲਣ ਦੇ ਹਾਂ, ਪਹਿਨਣ ਦੇ ਹਾਂ, ਖਾਵਣ ਦੇ ਹਾਂ, ਵਿੱਚੇ ਹੋਵੇ ਮੁਕਤ. ਕਿਵੇਂ? ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ. ਇਫ ਵਨ ਇਜ਼ ਏਬਲ ਟੂ ਫਾਈਂਡ ਆਊਟ ਦਾ ਰੀਅਲ ਵਿਜ਼ਡਮ ਆਫ ਗੁਰੂ, ਪਾਥ ਆਫ ਗੁਰੂ, ਦੈਨ ਦੇਅਰ ਇਜ਼ ਨੋ ਨੀਡ ਟੂ ਐਕਚੁਅਲੀ ਯੂ ਕੈਨ ਸੇ ਰਿਨਾਊਂਸ ਐਨੀ ਸੋਰਟ ਆਫ ਪਲੇ ਆਫ ਲਾਈਫ, ਐਨੀ ਸੋਰਟ ਆਫ ਯੂ ਕੈਨ ਸੇ ਫਨ ਆਫ ਲਾਈਫ. ਨੋ, ਯੂ ਕੈਨ ਇੰਜੋਏ ਐਵਰੀਥਿੰਗ. ਹੱਸੋ, ਖਾਓ, ਪੀਓ, ਖੇਡੋ, ਸਾਰਾ ਕੁਛ. ਕਈ ਵਾਰੀ ਕੀ ਹੁੰਦਾ, ਐਗਜ਼ਾਮਪਲ ਕਰਕੇ ਅਗਲੇ ਬਚਨ 'ਤੇ ਵਾਪਸ ਆ ਜਾਣਾ, ਮੋਖ ਦੁਆਰ. ਆਪਾਂ ਕਈ ਵਾਰੀ ਚੀਜ਼ਾਂ ਨਾ ਬਹੁਤ ਸੁਪਰਫਿਸ਼ੀਅਲ ਵੇ ਨਾਲ ਅੰਡਰਸਟੈਂਡ ਕਰਦੇ ਹਾਂ. ਆਪਾਂ ਬਹੁਤ ਸਾਰੀ ਟਰਾਂਸਲੇਸ਼ਨ ਪ੍ਰਿੰਸੀਪਲ ਪ੍ਰੋਫੈਸਰ ਸਾਹਿਬ ਸਿੰਗਰ ਦੀ ਲੈ ਕੇ ਆਉਂਦੇ ਹਾਂ, ਅਤੇ ਉਹਨਾਂ ਦੀ ਮੈਂ ਨਾ ਇੱਕ ਜਗ੍ਹਾ 'ਤੇ ਪੜ੍ਹ ਰਿਹਾ ਸੀਗਾ. ਉਹ ਗੁਰਮਤਿ ਮਿਸ਼ਨ ਜਿਹੜਾ ਕਾਲਜ ਸੀ ਨਾ, ਜਿਹੜਾ ਪਹਿਲਾ ਮਿਸ਼ਨਰੀ ਕਾਲਜ ਬਣਾਇਆ ਪੁਤਲੀ ਘਰ ਅੰਮ੍ਰਿਤਸਰ ਦੇ ਨੇੜੇ, SGPC ਨੇ, ਜਦੋਂ ਨਨਕਾਣਾ ਸਾਹਿਬ ਵਾਲੇ ਸ਼ਹੀਦ ਹੋਏ ਨਾ, ਅਤੇ ਉਹਨਾਂ ਸ਼ਹੀਦਾਂ ਨੂੰ ਟ੍ਰਿਬਿਊਟ ਕੀਤਾ ਗਿਆ ਸੀਗਾ ਕਿ ਐਡੇ ਵੱਡੇ ਸਾਕੇ ਮੈਸਕਿਰ ਤਾਂ ਵਾਪਰੇ ਕਿਉਂਕਿ ਅਸੀਂ ਆਪਣਾ ਗੁਰਦੁਆਰੇ ਸੰਭਾਲੇ ਨਹੀਂ, ਇੱਥੇ ਗਲਤ ਬੰਦੇ ਆ ਗਏ, ਅਤੇ ਹੁਣ ਆਪਾਂ ਸਹੀ ਬੰਦੇ ਲੈ ਕੇ ਆਉਣੇ, ਪਰ ਕਿਵੇਂ ਲੈ ਕੇ ਆਉਂਗੇ? ਇਹਨਾਂ ਨੂੰ ਟ੍ਰੇਨਡ ਕਰਾਂਗੇ ਆਪਾਂ. ਸੋ ਉਹਦੇ ਵਾਸਤੇ ਟ੍ਰੇਨਿੰਗ ਸਕੂਲ ਖੋਲਿਆ ਸੀ, ਉੱਥੋਂ ਇਹ ਮਿਸ਼ਨਰੀ ਜਿਹੜਾ ਐਕਚੁਅਲ ਲੈਵਲ 'ਤੇ ਸ਼ੁਰੂ ਹੋਇਆ ਸੀਗਾ. ਪਹਿਲਾਂ ਸ਼ਹੀਦ ਸਿੱਖ, ਉਹਦਾ ਨਾਮ ਵੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਵੀ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਇਹ ਚੀਜ਼ ਬਣਾਈ. ਉਹਦੇ ਪ੍ਰਿੰਸੀਪਲ ਸੀਗੇ ਪ੍ਰੋਫੈਸਰ ਸਾਹਿਬ ਸਿੰਘ ਜੀ, ਅਤੇ ਪੁਤਲੀ ਘਰ ਬਣਾਇਆ ਉੱਥੇ ਉਹਨਾਂ ਨੇ, ਉਹਦੇ ਅੰਮ੍ਰਿਤਸਰ ਦੇ ਵਿੱਚ, ਅਤੇ ਉੱਥੇ ਉਹ ਪੜ੍ਹਾਉਂਦੇ, ਅਤੇ ਆਲੇ ਦੁਆਲੇ ਦੇ ਵਿੱਚ ਜਿਹੜੇ ਨੇਬਰਹੁੱਡ 'ਚ ਲੋਕ ਰਹਿੰਦੇ, ਮੁਹੱਲੇ ਦੇ ਲੋਕ, ਉਹਨਾਂ ਨੇ SGPC ਦੇ ਦਫ਼ਤਰ ਜਾ ਕੇ ਸ਼ਿਕਾਇਤ ਕੀਤੀ ਕਿ ਉਹਨਾਂ ਸੋਚਿਆ ਇੱਥੇ ਕੋਈ ਧਾਰਮਿਕ ਲੋਕ ਰਹਿੰਦੇ ਨੇ, ਅਤੇ ਧਾਰਮਿਕ ਲੋਕ ਕਿਵੇਂ ਦੇ ਹੁੰਦੇ ਨੇ, ਵੀ ਝੂੰਡੀ ਪਾਏ ਬਹਿਨ ਤਮਰਨਾ ਦੜਦੀ ਬਾਨ ਨਾ ਜਾਹੀ, ਵੀ ਧਾਰਮਿਕ ਬੰਦਾ ਤਾਂ ਆ ਵੀ ਸਿਰ ਸੱਟ ਕੇ ਐਵੇਂ ਬੈਠਾ ਹੋਏ ਤਾਂ ਬਾਅਦ ਰੋਂਦਾ ਰਹੇ, ਵਿਲਕਦਾ ਰਹੇ, ਸਿਸਕਦਾ ਰਹੇ, ਜੇ ਕੋਈ ਆਏ ਚੰਗੀ ਰੋਟੀ ਨਾ ਖਾਏ, ਸੁੱਕਾ ਸਰੀਰ ਹੋਏ ਬਿਲਕੁਲ ਇਸ ਤਰੀਕੇ ਨਾਲ, ਉਹ ਧਾਰਮਿਕ ਬੰਦਾ ਹੈ. ਜਹਾਂਗੀਰ ਦਾ ਮੁਗਲ ਰੂਲਰ
ਹੂ ਐਕਚੁਅਲੀ ਸ਼ਹੀਦ ਗੁਰੂ ਅਰਜਨ ਸਾਹਿਬ, ਯੂ ਨੋ ਹਾਓ ਬਰੂਡਲ ਹੀ ਵਾਸ, ਕਿੰਨਾ ਬਰੂਡਲ ਬੰਦਾ ਹੋਏਗਾ, ਕਿੰਨਾ ਜ਼ਿਆਦਾ ਕਰੂਲ ਹੋਏਗਾ। ਉਹਦੀ ਤੁਜ਼ਕ ਪੜ੍ਹੀ, ਜਹਾਂਗੀਰ ਦੀ ਆਟੋਬਾਇਓਗ੍ਰਾਫੀ, ਜਿਹੜਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਰਿਹਾ, ਉਹੀ ਜਹਾਂਗੀਰ ਯੂਪੀ ਦੇ ਜੰਗਲ ਦੇ ਵਿੱਚ, ਇੱਧਰ ਬਨਾਰਸ ਦੇ ਨੇੜੇ ਤੇੜੇ, ਉਹ ਘੋੜਾ ਲੈ ਕੇ ਦੂਰ ਕਿਤੇ ਜੰਗਲ ਨੂੰ ਨਿਕਲ ਗਿਆ ਅਤੇ ਇੱਕ ਗੁਫਾ ਜੀ ਚਲਾ ਗਿਆ, ਅਤੇ ਗੁਫਾ ਜੀ ਦੇ ਵਿੱਚ ਕਹਿੰਦਾ ਮੈਂ ਅੰਦਰ ਗਿਆ ਅਤੇ ਅੰਦਰ ਜਾ ਕੇ ਮੈਨੂੰ ਇੱਕ ਸਾਧੂ ਮਿਲਿਆ। ਉਹ ਸਾਧੂ ਪਤਾ ਕਿਵੇਂ ਦਾ ਸੀਗਾ? ਸੁੱਕਾ ਸਰੀਰ ਉਹਦਾ, ਉਹਨੇ ਮੇਰੇ ਖਿਆਲ 2 ਮਿੰਟ ਰੋਟੀ ਵੀ ਨਹੀਂ ਖਾਧੀ ਹੋਣੀ, ਅਤੇ ਚੌਂਕੜੀ ਮਾਰ ਕੇ ਬੈਠਾ, ਅਤੇ ਬਿਲਕੁਲ ਕਹਿੰਦਾ ਮੈਂ ਉਹਨੂੰ ਮੱਥਾ ਟੇਕਿਆ ਅਤੇ ਮੈਂ ਉਹਦੇ ਤੋਂ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਇਸ ਰੂਪ ਦੇ ਵਿੱਚ ਉਸ ਨੂੰ ਜਿਹੜਾ ਅਸਲ ਸਾਧੂ, ਉਹ ਸਾਧੂ ਨਹੀਂ ਦਿਸਦਾ, ਉਸਨੂੰ ਸਰੀਰ ਦਾ ਸੁੱਕਾ ਹੋਇਆ ਇੱਕ ਬੰਦਾ ਸਾ, ਕਿਉਂਕਿ ਸਟੈਂਡਰਡ ਹੀ ਬਣਾ ਤਾ ਇਹ ਮੋਟਿਕ ਦੀ ਮਾਤਰਾ ਵੀ, ਦਿਸ ਇਹ ਸਾਧੂ ਬੰਦਾ ਆ, ਭਲੇ ਸਾਧੂ, ਦਿਸ ਪਰਸਨ ਇਜ਼ ਲਿਵਿੰਗ ਅੰਡਰ ਸਮ ਸੋਰਟ ਆਫ ਇਲੀਟਰੇਸ਼ਨ। ਛੋਡੈ ਅੰਨ ਕਰੈ ਪਖੰਡ, ਸਿੱਧਾ ਬਚਨ ਹੈ ਪਾਣੀ ਦਾ, ਮਤਲਬ ਖਾਣਾ ਪੀਣਾ ਇਹ ਸਾਰਾ ਕੁਝ ਧਰਤੀ 'ਤੇ ਪਵਿੱਤਰ ਹੈ ਜੇ ਬੰਦੇ ਨੂੰ ਖਾਣਾ ਆਵੇ ਤਾਂ, ਪਰ ਬੰਦੇ ਨੇ ਕਹਿੰਦੇ ਨਹੀਂ, ਧਾਰਮਿਕ ਬੰਦਾ ਉਹ ਜਿਹੜਾ ਸੰਸਾਰ ਤਿਆਗ ਗਿਆ, ਦੈਨ ਦੈਟ ਇੰਡੀਵਿਜੁਅਲ ਕੈਨ ਕਲੇਮ ਯੈਸ ਆਈ ਐਮ ਏਬਲ ਟੂ ਗੋ ਟੂ ਹੈਵਨ। ਅਤੇ ਹੈਵਨ ਦੀ ਪਿਕਚਰ ਫਿਰ ਐਵੇਂ ਦੀ ਹੈ, ਉੱਥੇ ਸਾਰਾ ਕੁਝ ਖਾਣ ਨੂੰ ਹੈਗਾ, ਅਜੀਬ ਹਾਲਤ ਹੈ। ਇਫ ਯੂ ਰੀਅਲੀ ਵਾਂਟ ਟੂ ਇੰਜੋਏ ਹੈਵਨ ਲਾਈਕ ਦੈਟ, ਦੈਨ ਇੰਜੋਏ ਓਵਰ ਹੇਅਰ। ਜੇ ਉੱਥੇ ਜਾ ਕੇ ਸਾਰਾ ਕੁਝ ਖਾਣਾ ਪੀਣਾ, ਇੱਥੇ ਖਾ ਪੀ ਲੈ, ਜੇ ਉਹੀ ਲਾਲਸਾ ਹੀ ਹੈ ਤਾਂ ਉਹ ਭਲਿਆ ਦੇਖ, ਰਿਆਲਿਟੀ ਕੀ ਹੈ। ਟੂਕ ਮਾਤਰ ਬੇਨਤੀ ਕਰ ਰਿਹਾ ਪ੍ਰਿੰਸ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ, ਐਸ ਜੀ ਪੀ ਦੇ ਦਫ਼ਤਰ ਸ਼ਿਕਾਇਤ ਕੀਤੀ ਕਿਸੇ ਨੇ ਜਾ ਕੇ, ਉਹ ਤੁਸੀਂ ਧਾਰਮਿਕ ਬੰਦੇ ਪੈਦਾ ਕਰ ਰਹੇ, ਉਹ ਤਾਂ ਹੱਸਦੇ ਹੁੰਦੇ ਆ, ਉਹ ਤਾਂ ਉੱਥੇ ਠਹਾਕੇ ਲਾਉਂਦੇ ਆ, ਉਹ ਤਾਂ ਉੱਥੇ ਖੇਡਦੇ ਆ, ਉੱਥੇ ਬੱਚਿਆਂ ਨੂੰ ਖਿਡਾਉਂਦੇ ਹੋ ਸਾਰਾ ਕੁਛ। ਉਹ ਜਿਹਨੇ ਸ਼ਿਕਾਇਤ ਫੜੀ ਉਹਨੇ ਅੱਗੇ ਰੈਕਮੈਂਡ ਕਰ ਦਿੱਤੀ, 70 ਅਤੇ 2 ਬੰਦੇ ਹੋਰ ਇਨਕੁਆਇਰੀ ਕਰਨ ਲਈ ਆ ਗਏ ਐਸ ਜੀ ਪੀ ਸੀ ਦੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਸਾਹਿਬ ਸਿੰਘ, ਉਹ ਸਰੀਕੀ ਰੂਹ 'ਤੇ ਬੈਠੀ, ਉਹਨਾਂ ਨੂੰ ਆ ਕੇ ਕਹਿੰਦੇ ਜੀ ਇਨਕੁਆਇਰੀ ਕਰਨੀ, ਕਹਿੰਦੇ ਇਨਕੁਆਇਰੀ ਕਾਹਦੀ ਕਰਨੀ, ਕਹਿੰਦੇ ਇਨਕੁਆਇਰੀ ਕਰਨੀ ਵੀ ਤੁਹਾਡੇ ਬੱਚੇ ਇੱਥੇ ਪਤਾ ਲੱਗਿਆ ਖੇਡਦੇ ਨੇ, ਹੱਸਦੇ ਨੇ। ਪ੍ਰੋਫੈਸਰ ਸਾਹਿਬ ਕਹਿੰਦੇ ਜੀ ਹਾਲਤ, ਅੱਛਾ ਇਨਕੁਆਇਰੀ ਕਰਨੀ ਕਹਿ ਲੱਗਿਆ, ਹਾਂ। ਉਹਨੇ ਕਹਿੰਦੇ ਕੋਈ ਨਾ ਬੈਠ ਜਾਓ, ਬਿਠਾ ਦੇ, ਬੱਚੇ ਬੁਲਾ ਲਏ ਸਾਰੇ, ਬਜਾ ਕੇ ਕਲਾਸ ਦੇ ਵਿੱਚ, ਅਤੇ ਪ੍ਰੋਫੈਸਰ ਸਾਹਿਬ ਦੀ ਬੱਚੇ ਬਹੁਤ ਰਿਸਪੈਕਟ ਕਰਦੇ। ਪ੍ਰੋਫੈਸਰ ਕਹਿੰਦੇ ਅੱਛਾ ਬੱਚੋ, ਇਹ ਸਾਡੇ ਐਸ ਜੀ ਪੀ ਸੀ ਦੇ 70 ਸਾਹਿਬ ਨੇ ਸਾਰੇ ਆਏ ਨੇ, ਅਤੇ ਤੁਸੀਂ ਇੱਕ ਕੰਮ ਕਰੋ, ਸ਼ੁਰੂ ਹੁਣ ਰੋਣਾ ਸ਼ੁਰੂ ਕਰੋ, ਰੋਵੋ ਸਾਰੇ। ਉਹ ਸਾਰੇ ਵੇਖਣ ਕਹਿੰਦੇ ਲਿਟਰਲੀ ਤੌਰ 'ਤੇ ਰੋਵੋ, ਚਲੋ ਸਾਰੇ ਹੋਏ ਸ਼ੁਰੂ ਰੋਣ 'ਤੇ। ਉਹ ਕਹਿੰਦੇ ਪ੍ਰੋਫੈਸਰ ਸਾਹਿਬ ਕਿੱਦਾਂ, ਉਹ ਮੇਰਾ ਸਰ ਕਹਿੰਦੇ ਤੁਹਾਨੂੰ ਕਿਆ ਹੱਸਣਾ ਮਨਾ ਹੈ, ਰੋਵੋ। ਉਹ 70 ਕਹਿੰਦੇ ਕੀ ਕਰ ਰਹੇ, ਕਹਿੰਦੇ ਤੁਹਾਡੀ ਇਨਕੁਆਇਰੀ ਪੂਰੀ ਕਰ ਰਹੇ, ਵੀ ਹੁਣ ਕਰਨ 'ਤੇ ਕਰਨ ਕੀ, ਜ਼ਿੰਦਗੀ ਜਿਉਣ ਦਾ ਨਾਂ ਆ, ਧਰਤੀ 'ਤੇ ਬੰਦੇ ਨੇ ਜਿਉਣਾ ਆ। ਇੱਥੇ ਮੁਕਤੀ ਦਾ ਮਾਇਨਾ ਸਿਰਫ ਅਤੇ ਸਿਰਫ ਇਹ ਨਹੀਂ ਗਾ ਕਿ ਬੰਦੇ ਨੇ ਆਪਣੇ ਆਪ ਨੂੰ ਨਾ, ਜਿਹਨਾਂ ਚੀਜ਼ਾਂ ਤੋਂ ਉੱਪਰ ਉਠਾਉਣਾ, ਬੰਦੇ ਨੂੰ ਹੱਸਣਾ ਆਵੇ। ਹਾਂ, ਬਾਬਾ ਕਬੀਰ ਜੀ ਨੇ ਕਿਹਾ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸਿਓ ਕੋਈ, ਕਿਸੇ ਦੀ ਗਰੀਬੀ 'ਤੇ ਨਾ ਹੱਸਿਆ ਜੇ, ਕਿਸੇ ਨੂੰ ਡਿੱਗਦੇ ਨੂੰ ਵੇਖ ਕੇ ਨਾ ਹੱਸਿਆ ਜੇ, ਕਿਸੇ ਦਾ ਮਜ਼ਾਕ ਉਹਦੇ ਕੋਝੇ ਹੋਣ ਕਰਕੇ ਨਾ ਉਡਾਇਆ ਜੇ। ਹਾਂ, ਜ਼ਿੰਦਗੀ ਹੱਸਣ ਵਾਲੀ ਚੀਜ਼ ਹੈ, ਹੱਸੋ ਉਸ ਨੂੰ, ਮਾਣੋ ਉਸ ਨੂੰ, ਖੇਡੋ ਜ਼ਿੰਦਗੀ 'ਚ, ਪਰ ਜ਼ਿੰਦਗੀ ਦੀ ਖੇਡ ਪ੍ਰੇਮ ਦੀ ਖੇਡ ਹੋਏ। ਇੱਥੇ ਉਹਨੂੰ ਮਤਲਬ ਖਰਾਬ ਨਹੀਂ ਕਰਨਾ, ਦਿਸ ਇਜ਼ ਏ ਪਲੇ ਆਫ ਲਾਈਫ, ਐਕਚੁਲੀ ਪਲੇ ਆਫ ਲਵ, ਵੀ ਸ਼ੁੱਡ ਲਵ, ਲਿਵ ਲਾਈਕ ਦਿਸ ਵੇ। ਖਾਣਾ ਪੀਣਾ ਚੰਗੇ ਰੂਪ ਵਿੱਚ ਖਾਓ ਪੀਓ, ਬਾਕੀ ਬਾਤ ਰਹੀ, ਜੇ ਤੁਸੀਂ ਇਹ ਸਾਰੇ ਜੀਓਗੇ ਫਿਰ ਤੁਹਾਨੂੰ ਕੀ ਚਾਹੀਦਾ, ਪਰਿਵਾਰ, ਸਮਾਜ, ਆਲਾ ਦੁਆਲਾ। ਅਤੇ ਬੰਦਾ ਕਹਿੰਦਾ ਮੈਂ ਤਾਂ ਮੁਕਤ ਹੋ ਜਾਣਾ ਸੀ, ਮੇਰੀ ਤਾਂ ਜੂਨ ਕੱਟੀ ਜਾਣੀ, ਆ ਟੱਬਰ ਨੇ ਮਾਰਿਆ ਮੈਨੂੰ, ਬਾਈ ਇਹ ਪਰਿਵਾਰ ਹੀ ਮੇਰੇ ਵਾਸਤੇ ਸਭ ਤੋਂ। ਅਬੇ ਕਹਿੰਦੇ ਮੰਨਣਾ ਪਰਿਵਾਰ ਹੈ, ਪਰਿਵਾਰ ਸਮੇਤ ਬੰਦੇ ਦਾ ਸੁਧਾਰ ਹੋ ਜਾਏ, ਪਰਿਵਾਰ ਸਮੇਤ ਬੰਦਾ ਮੁਕਤ ਹੋ ਜਾਏ। ਜਿਹੜਾ ਜ਼ਿਕਰ ਆਇਆ ਇਹਦੇ 'ਚ ਕਿ ਮਤਲਬ ਇੱਕ ਫਰਮ ਬਿਲੀਫ ਦੇ ਨਾਲ ਜਿਹੜਾ ਅਸੀਂ ਜਾਈਏ ਉਸ ਨੂੰ, ਜਿਹਦੀ ਟਰਾਂਸਲੇਸ਼ਨ ਕਰਨੀ, ਦੈਨ ਵਨ ਇਜ਼ ਏਬਲ ਟੂ ਹੈਵ ਹਿਜ਼ ਫੈਮਿਲੀ ਮੇਨਟੇਨ ਏ ਫਰਮ ਬਿਲੀਫ ਇਨ ਹਿਮ ਸੈਲਫ, ਹਰ ਸੈਲਫ, ਐਂਡ ਐਜ਼ ਵੈਲ ਐਜ਼ ਇਨ ਦਾ ਫੈਮਿਲੀ ਸਟਰਕਚਰ। ਇੱਥੋਂ ਜਿਹੜੀ ਬਾਤ ਮੁਕਤੀ ਦਾ ਐਕਚੁਅਲ ਲੈਵਲ ਹੁੰਦਾ।
ਅੱਛਾ ਅੱਗੇ ਜਾ ਕੇ ਤੇ ਡਿਟੇਲ ਹੋਰ ਵਿਆਖਿਆ, ਪਰ ਟੂਕ ਮਾਤਰ ਇਗਜ਼ਾਮਪਲ ਕਰ ਦੇਣਾ, ਤੁਹਾਡ ਸਾਡੇ ਕੋਲ ਬਹੁਤ ਕੁਛ ਪਿਆ ਇਫ ਵੀ ਟਰਾਈ ਟੂ ਅੰਡਰਸਟੈਂਡ ਇਟ ਪ੍ਰੋਪਰਲੀ। ਸਮਟਾਈਮ ਕਿਡਸ ਏ ਭਾਈ ਸਾਹਿਬ ਮੋਸਟਲੀ ਯੋਰ ਵਿਆਖਿਆ ਇਜ਼ ਕਮਿੰਗ ਇਨ ਅ ਵੈਰੀ ਰੈਸ਼ਨਲ ਵੇ, ਐਂਡ ਸੋਰੀ ਇਟਸ ਨੋਟ ਮੀ ਹੂ ਇਜ਼ ਬ੍ਰਿੰਗਿੰਗ ਰੈਸ਼ਨਲ ਵੇ, ਐਵਰੀਥਿੰਗ ਇਜ਼ ਕਮਿੰਗ ਇਨ ਵੈਰੀ ਰੈਸ਼ਨਲ ਐਂਡ ਪ੍ਰੋਪਰ ਕਾਇੰਡ ਆਫ ਇਨ ਮੈਨਰਸ, ਵੀ ਆਰ ਨੋਟ ਏਬਲ ਟੂ ਐਚਲੀ ਸੀ ਇਟ ਇਨ ਔਨ ਦੈਟ ਲੈਵਲ। ਲੈਟ ਮੀ ਗਿਵ ਯੂ ਵਨ ਐਗਜ਼ਾਮਪਲ, ਇੱਕ ਬੰਦਾ ਚੰਗਾ ਕੰਮ ਕਰੇ ਅਤੇ ਉਹਦਾ ਜਿਹੜਾ ਫਲ ਆ ਸਾਰੇ ਪਰਿਵਾਰ ਨੂੰ ਮਿਲੇ, ਸਾਰੇ ਨਗਰ ਗ੍ਰਾਂ ਨੂੰ ਮਿਲੇ, ਤੁਸੀਂ ਮੰਨਦੇ ਇਸ ਗੱਲ ਨੂੰ? ਮੈਂ ਤੁਹਾਨੂੰ ਇਗਜ਼ਾਮਪਲ ਕਰਦਾ, ਸਾਡੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਸਰਹੰਦ ਕਚਹਿਰੀ ਵਿੱਚ ਨੇ। ਸੂਬੇ ਦਾ ਮਨ ਇਹ ਹੈ ਕਿ ਇਹਨਾਂ ਬੱਚਿਆਂ ਨੂੰ ਅਤੇ ਇਹਨਾਂ ਦੀ ਦਾਦੀ ਨੂੰ ਆਈਦਰ ਆਈ ਐਮ ਗੋਨਾ ਕਨਵਰਟ ਦੈਮ ਔਰ ਅਦਰਵਾਈਜ਼ ਕਿਲ, ਦੈਟ ਇਜ਼ ਹਿਜ਼ ਓਨ ਕਾਇੰਡ ਆਫ ਯੂ ਕੈਨ ਸੇ ਫਰਮ ਆਈਡੀਆ। ਬਟ ਹਾਊ ਕੈਨ ਹੀ ਡੂ ਦੈਟ? ਸੋਸਾਇਟੀ ਪ੍ਰੂਵ ਨਹੀਂ ਕਰੇਗੀ ਇਸ ਨੂੰ। ਆਖਿਰਕਾਰ ਉਹ ਕੋਰਟ ਕਚਹਿਰੀ ਲਾਉਂਦਾ ਆ, ਇੱਕ ਸ਼ਰ੍ਹਾਂ ਦੇ ਕਾਨੂੰਨ ਦੀ ਗੱਲ ਕਰਦਾ, ਇੱਕ ਸਟਰਕਚਰ 'ਤੇ ਬਣਾਇਆ ਨਾ, ਉਹਦੇ 'ਚ ਕਿਵੇਂ ਉਸਨੂੰ ਫੁਲਫਿਲ ਕਰੇਗਾ? ਉਸਨੇ ਆਈਡੀਆ ਲਾਇਆ ਕਿੱਦਾਂ ਕੀਤੀ ਜਾ, ਦਿਮਾਗ 'ਤੇ ਬੰਦਾ ਲਾਉਂਦਾ ਨਾ, ਸਿਆਸਤ ਆਉਂਦੀ ਉਸਨੂੰ। ਉਸਨੇ ਕਿਹਾ ਇੱਕ ਕੰਮ ਕਰਦੇ ਆ, ਸ਼ਰ੍ਹਾਂ ਦੇ 'ਚ ਬਹੁਤ ਸਿੰਪਲ ਇੱਕ ਪ੍ਰੋਵੀਜ਼ਨ ਹੈਗੀ ਹੈ, ਖੂਨ ਦਾ ਬਦਲਾ, ਮਤਲਬ ਇੱਕ ਕਿਸੇ ਦੀ ਫੈਮਿਲੀ ਦਾ ਕਿਸੇ ਨੇ ਕਤਲ ਕੀਤਾ, ਦੇ ਕੈਨ ਐਕਚੁਲੀ ਕਿਲ, ਜਿਹੜੇ ਜਿਹਨਾਂ ਮਰਡਰ ਕੀਤਾ ਉਹਨਾਂ ਦੀ ਫੈਮਿਲੀ 'ਚ ਇੱਕ ਬੰਦੇ ਨੂੰ ਆਰਾਮ ਨਾਲ ਕਿਲ ਕਰ ਸਕਦਾ ਉਹਦੇ ਅਕੋਰਡਿੰਗਲੀ। ਮਲੇਰਕੋਟਲੇ ਦੀ ਫੈਮਿਲੀ ਜਿਹੜੀ ਹੈ, ਇਹਨਾਂ ਦਾ ਭਰਾ ਸੀਗਾ ਨਾਹਰ ਖਾਨ, ਬੜੇ ਆਪਣੇ ਆਪ ਨੂੰ ਦਲੇਰ ਅਤੇ ਤਗੜੇ ਖਾਉਂਦੇ ਸੀਗੇ। ਜਦੋਂ ਚਮਕੌਰ ਦੀ ਜੰਗ ਲੜੀ ਗਈ ਨਾ, ਅਤੇ ਕੋਈ ਬੰਦਾ ਨੇੜੇ ਨਹੀਂ ਸੀ ਜਾ ਰਿਹਾ ਕੜੀ ਦੇ, ਗੜੀ ਦੇ ਪਹਿਲਾ ਬੰਦਾ ਜਿਹਨੇ ਜਾ ਕੇ ਗੜੀ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨਾਹਰ ਖਾਨ ਸੀਗਾ, ਜਿਹੜਾ ਖਾਸ ਕਰਕੇ ਸ਼ੇਰ ਮੁਹੰਮਦ ਖਾਨ ਸੀਗਾ, ਇਹਦਾ ਵੱਡਾ ਭਰਾ ਸੀ, ਬੜਾ ਦਲੇਰ ਹੁੰਦਾ ਸੀ। ਅਤੇ ਗੁਰੂ ਸਾਹਿਬ ਨੇ ਕਿਹਾ ਬਹਾਦਰ ਸੀਗਾ, ਮਤਲਬ ਸਾਂਗ ਲਾ ਕੇ ਪੌੜੀ ਲਾ ਕੇ ਗੜੀ 'ਤੇ ਚੜ੍ਹਿਆ ਪਹਿਲਾਂ। ਉਹ ਕਹਿੰਦਾ ਵੀ ਚਲੋ ਮੈਂ ਜਾਂਦਾ ਜਾ ਕੇ ਦੇਖਦਾ, ਤੁਹਾਡੇ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਫੜੇ ਜਾ ਰਹੇ, ਅਤੇ ਮੈਂ ਮਹਾਰਾਜ ਨੇ ਤੀਰ ਮਾਰਿਆ ਸਿੱਧਾ ਮੱਥੇ 'ਚੋਂ ਅਤੇ ਪੌੜੀ ਤੋਂ ਥੱਲੇ ਡਿੱਗਦਾ ਆਇਆ ਉਸ ਰੂਪ ਦੇ 'ਚ। ਖੈਰ ਉਹਨੂੰ ਵੀ ਨਾਹਰ ਖਾਂ ਜਿਹੜਾ ਹੈਗਾ ਉਹਨੂੰ ਗੁਰੂ ਸਾਹਿਬ ਨੇ ਮਾਰਿਆ, ਅਤੇ ਗੁਰੂ ਸਾਹਿਬ ਦੇ ਪੁੱਤਰ ਨੇ ਸੁਨੇਹਾ ਭੇਜਿਆ ਕਚਹਿਰੀ 'ਚ, ਉਹਨੂੰ ਆਈਡੀਆ ਹੋ ਗਿਆ ਨਵਾਬ ਬੰਦਾ ਪਤਾ ਮੈਨੂੰ ਕਿਉਂ ਬੁਲਾਇਆ ਜਾ ਰਿਹਾ। ਪਹਿਲੇ ਦਿਨ ਕਚਹਿਰੀ ਜਦੋਂ ਲੱਗੀ ਇਹ ਨਹੀਂ ਆਇਆ, ਅਤੇ ਦੂਜੇ ਦਿਨ ਆਇਆ, ਸੈਕਿੰਡ ਡੇ। ਜਦੋਂ ਸੈਕਿੰਡ ਡੇ ਆਇਆ ਅਤੇ ਉਹ ਵਜ਼ੀਰ ਖਾਂ ਪੁੱਛਦਾ, ਕਿਉਂਕਿ ਵਜ਼ੀਰ ਖਾਂ ਸੂਬੇਦਾਰ ਆ, ਇਹ ਨਵਾਬ ਆ, ਇਹਨਾਂ ਦੀ ਆਲਮੋਸਟ ਰੁਤਬੇਦਾਰੀ ਬਰਾਬਰ ਹੀ ਹੈ। ਸੂਬੇਦਾਰ ਮੋਸਟਲੀ ਪੋਲੀਟੀਸ਼ੀਅਨਸ ਜਿਹੜੇ ਆਪਣੇ ਆਪ ਨੂੰ ਕਹਿ ਲਓ ਕਿ ਰੂਲਰ ਸਿਖਾਉਂਦੇ ਸੀ, ਕਿੰਗ ਉਹਨੂੰ ਬਣਾਉਂਦੇ ਜਿਹੜਾ ਜ਼ਿਆਦਾ ਲੁੱਟ ਕੇ ਲੋਕਾਂ ਨੂੰ ਦੇ ਸਕਦਾ। ਲੁੱਟ ਦਾ ਮਾਡਲ ਸੀ ਸਾਰਾ ਇਹਨਾਂ ਦਾ, ਕੰਮ ਤਾਂ ਇਹ ਸੀਗਾ ਕਿ ਲੋਕਾਂ ਤੋਂ ਵੱਧ ਇਕੱਠਾ ਕਰਕੇ ਉਹਦੇ ਖਜ਼ਾਨੇ ਭਰਨੇ। ਦੈਟ ਕਾਇੰਡ ਆਫ ਮਾਡਲ ਦੇ ਕ੍ਰੀਏਟਡ ਓਵਰ ਦੇ ਅੰਡਰ ਦਾ ਨੇਮ ਆਫ ਯੂ ਕੈਨ ਸੇ ਗਵਰਨਿੰਗ ਸਿਸਟਮ ਐਂਡ ਆਲ ਦੈਟ। ਉਹ 'ਚ ਹੋਇਆ ਕਿ ਆਲਮੋਸਟ ਬਰਾਬਰ ਦੇ ਰੁਤਬੇ ਇਹਨਾਂ ਦੇ, ਉਹ ਸੂਬੇਦਾਰ ਹੈ, ਨਵਾਬ ਹੈ। ਸੂਬੇਦਾਰ ਨੂੰ ਗੁੱਸੇ ਨਾਲ ਕਹਿੰਦਾ ਵੀ ਤੈਨੂੰ ਕੱਲ੍ਹ ਬੁਲਾਇਆ ਸੀ, ਤੂੰ ਆਇਆ ਨੀਗਾ, ਅੱਜ ਆਇਆ ਤੂੰ? ਕਹਿਣ ਲੱਗਾ ਜੀ ਹਾਂ ਕੱਲ੍ਹ ਮੈਨੂੰ, ਮੈਂ ਆਉਣਾ ਵਾਜਬ ਨਹੀਂ ਸਮਝਿਆ। ਕਹਿੰਦਾ ਅੱਜ ਕਾਹਦੇ ਲਈ ਆਇਆ? ਕਹਿਣ ਲੱਗਾ ਜੀ ਅੱਜ ਕਚਹਿਰੀ ਲੱਗੀ, ਕਚਹਿਰੀ 'ਚ ਮੈਂ ਪਾਰਟੀਸਪੇਟ ਕਰ ਸਕਦਾ? ਕਹਿੰਦਾ ਹਾਂ ਕਰ ਸਕਦਾ। ਬੈਠ ਗਿਆ। ਅੱਛਾ ਕਾਜ਼ੀ ਨੂੰ ਕਿਹਾ ਗਿਆ ਕਿ ਇਹਨਾਂ ਬੱਚਿਆਂ ਦੇ ਉੱਤੇ ਮੌਤ ਦਾ ਫਤਵਾ ਦੇ ਦਿੱਤਾ ਜਾਵੇ, ਅਤੇ ਉਹਨੂੰ ਕਿਹਾ ਠੀਕ ਹੈ ਇਹ ਫਤਵਾ ਦੇਣਾ ਹੀ ਹੈ, ਅਤੇ ਕੰਮ ਕਰਦੇ ਖੂਨ ਦਾ ਬਦਲਾ ਖੂਨ, ਤੇਰੇ ਭਰਾ ਨੂੰ ਮਾਰਿਆ ਗੁਰੂ ਸਾਹਿਬ ਨੇ, ਅਤੇ ਤੂੰ ਇਹ ਬੱਚਿਆਂ ਨੂੰ ਕਤਲ ਕਰ ਅਤੇ ਆਪਣਾ ਬਦਲਾ ਪੂਰਾ ਕਰ। ਹਕੀਮ ਅੱਲਾ ਯਾਰ ਖਾਂ ਜੋ ਕਿ ਮੁਸਲਮਾਨ ਲਿਖਾਰੀ ਹੈ, ਉਹ ਕਹਿੰਦਾ ਵੀ ਜਿਹੜਾ ਸ਼ੇਰ ਮੁਹੰਮਦ ਖਾਨ ਹੈ ਉਹ ਕਹਿੰਦਾ ਵੀ ਗੱਲ ਇਹ ਹੈ ਵਜ਼ੀਰ ਖਾਂ, ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸੇ। ਇਹਨਾਂ ਬੱਚਿਆਂ ਦੇ ਪਿਓ ਨਾਲ ਦੁਸ਼ਮਣੀ ਹੈ ਅਤੇ ਅੱਖਾਂ 'ਚ ਰੜਕਦਾ, ਉਹਦੇ ਨਾਲ ਲੜਾਂਗੇ ਜ਼ਰੂਰ, ਮਾਰਾਂਗੇ ਉਹਨੂੰ, ਕਿਉਂ ਨਹੀਂ, ਬਦਲਾ ਲਵਾਂਗੇ। ਭਰਾ ਮਰਿਆ ਸਾਡਾ, ਭਰਾ ਦਾ ਬੜਾ ਬੜਾ ਅਫਸੋਸ ਹੈ, ਦਫ਼ਨ ਕੀਤਾ ਅਗਲੇ ਦਿਨ, ਮਿੱਟੀ ਦੇ 'ਚ ਖਾਉਂ ਖਾਧੀ ਹੈ, ਤੇਰਾ ਬਦਲਾ ਲਵਾਂਗੇ। ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਪਾਪ ਸੇ। ਆ ਜਿਹੜਾ ਤੂੰ ਕਰਨ ਲੱਗਾ ਪਾਪ ਤੇ ਖੁਦਾ ਤੋਂ ਕਹਿੰਦੇ ਆ ਖੁਦਾਇਆ ਇਹੋ ਜਿਹਾ ਪਾਪ ਨਾ ਕਰੇ। ਵਜ਼ੀਰ ਖਾਨ ਗੁੱਸਾ ਬੜਾ ਚੜ੍ਹਦਾ ਅਤੇ ਵਜ਼ੀਰ ਖਾਂ ਕਹਿੰਦਾ ਹੈ ਓਏ ਕੈਸਾ ਭਰਾ ਹੈ ਤੂੰ, ਖੂਨ ਚਿੱਟਾ ਹੋ ਗਿਆ ਤੇਰਾ, ਕੋਈ ਭਲਿਆ ਕਾਫਰਾਂ ਦੇ ਨਿਆਣਿਆਂ ਦੇ ਤਰਸ ਆ ਰਿਹਾ ਤੇ ਇਹ ਤਾਂ ਠੀਕ ਨਹੀਂ। ਉਹ ਕਹਿੰਦੇ ਨਹੀਂ ਨਹੀਂ ਇਹਨਾਂ ਕਾਫਰਾਂ ਦੇ ਨਿਆਣਿਆਂ 'ਤੇ ਕੋਈ ਤਰਸ ਨਹੀਂ, ਨਾ ਕਾਫਰਾਂ ਦੇ ਨਿਆਣਿਆਂ ਨੂੰ ਬਚਾਉਣ ਦਾ ਮੇਰੇ 'ਚ ਕੋਈ ਉਹ ਹੈ, ਮੈਂ ਤਾਂ ਇੱਥੇ ਬਚਾਉਣ ਆਇਆ ਇਸਲਾਮ ਨੂੰ। ਉਹਨੇ ਸਾਡੇ ਮਤਲਬ ਦੇਖੋ ਸਕੂਲ ਦੇਖੋ ਗੁਰਮਤਿ ਦਾ ਕੀ ਹੈ, ਉਹਨੇ ਕਹਿੰਦੇ ਹਾਂ ਦਾ ਨਾਰਾ ਮਾਰਿਆ। ਹਾਂ ਦਾ ਨਾਰਾ ਉਹਦਾ ਕੋਈ ਇਸ ਲੈਵਲ 'ਤੇ ਨਹੀਂ ਸੀਗਾ, ਉਹ ਤਾਂ ਉਹਨੂੰ ਉਸ ਚੀਜ਼ ਨੂੰ ਸਮਝੋ ਸਹੀ ਪਰਸਪੈਕਟਿਵ ਦੇ ਵਿੱਚ। ਉਹ ਕਹਿੰਦਾ ਆਈ ਐਮ ਹੇਅਰ ਜਸਟ ਟੂ ਸੇਵ ਆਵਰ ਇਸਲਾਮਿਕ ਆਈਡੀਆਲੋਜੀ ਵਿਚ ਯੂ ਗੋਨਾ ਯੂਜ ਹੇਅਰ ਟੂ ਐਕਚੁਲੀ ਕੰਪਲੀਟ ਯੂਰ ਓਨ ਟਾਈਪ ਆਫ ਏਜੰਡਾ ਐਂਡ ਇਟਸ ਗੋਨਾ ਕ੍ਰੀਏਟ ਬਿਗ ਕਾਇੰਡ ਆਫ ਮੈਸ ਫਾਰ ਅਸ। ਉਹ ਕਹਿੰਦਾ ਕੀ ਮਤਲਬ? ਉਹ ਕਹਿੰਦਾ ਜੀ ਮੈਨੂੰ ਕੋਰਟ ਲੱਗਾ ਆ, ਇੱਥੇ ਕਾਜ਼ੀ ਨੇ ਫਤਵਾ ਲਾਉਣਾ, ਮੈਨੂੰ ਕਾਜ਼ੀ ਨਾਲ ਜ਼ਿਰਾ ਕਰਨ ਦੀ ਇਜਾਜ਼ਤ ਦਿਓ, ਆਈ ਵਾਂਟ ਟੂ ਡਿਬੇਟ ਵਿਦ ਕਾਜ਼ੀ, ਕਾਜ਼ੀ ਇਜ਼ ਦਾ ਮੇਨ ਆਫਿਸਰ ਹੈ। ਕਹਿੰਦੇ ਯੈਸ ਗੋ ਹੈਡ। ਉਹ ਫਿਰ ਕਾਜ਼ੀ ਨੂੰ ਕੁਝ ਸਵਾਲ ਪੁੱਛਦਾ ਹੈ ਅਤੇ ਬੜੇ ਲੰਬੇ ਛੋਟੇ ਟੂਕ ਮਾਤਰੀ ਬਿਆਨ ਕਰ ਦਿੰਦਾ। ਉਹ ਕਾਜ਼ੀ ਨੂੰ ਕਹਿੰਦਾ ਵੀ ਪੂਰੀ ਇਸਲਾਮਿਕ ਤਵਾਰੀਖ ਦੇ ਵਿੱਚ, ਲਿਟਰੇਚਰ ਦੇ ਵਿੱਚ, ਸ਼ਰ੍ਹਾ, ਸ਼ਰੀਅਤ, ਹਦੀਸਾਂ, ਇਹ ਸਾਰੇ ਦੇ ਅੰਦਰ ਕਿਤੇ ਤੂੰ ਪੜ੍ਹਿਆ ਹੋਏ ਕਿ ਬਾਪ ਦੇ ਕੀਤੇ ਦੀ ਸਜ਼ਾ ਉਹਦੇ ਸ਼ੀਰਖੋਰ ਦੁੱਧ ਪੀਣ ਵਾਲੇ ਬੱਚਿਆਂ ਨੂੰ ਦਿੱਤੀ ਗਈ ਹੋਏ? ਮੈਨੂੰ ਉਹਦਾ ਤੂੰ ਉਹ ਰੈਫਰੈਂਸ ਦੇ ਸਕਦਾ? ਉਹ ਕਹਿੰਦਾ ਵੀ ਮੈਂ ਕਦੀ ਨਹੀਂ ਪੜ੍ਹਿਆ। ਉਹ ਕਹਿੰਦਾ ਠੀਕ। ਕਹਿੰਦਾ ਬੇਟੇ ਦੀ ਸਜ਼ਾ ਉਹਦੀ ਬਿਰਧ ਬਜ਼ੁਰਗ ਬਜ਼ੁਰਗਾਂ ਨੂੰ ਦਿੱਤੀ ਗਈ ਅਤੇ ਉਹ ਵੀ ਇੱਕ ਬਜ਼ੁਰਗ ਮਾਂ ਨੂੰ ਦਿੱਤੀ ਗਈ ਹੋਏ, ਇਹਦਾ ਕੋਈ ਰੈਫਰੈਂਸ ਪੜ੍ਹਿਆ ਹੋਏ ਤੂੰ? ਕਹਿੰਦਾ ਵੀ ਇਹ ਵੀ ਕੋਈ ਰੈਫਰੈਂਸ ਨਹੀਂ ਪੜ੍ਹਿਆ। ਕਹਿੰਦਾ ਮੇਰੀ ਜ਼ਿਰਾ ਪੂਰੀ ਹੋ ਗਈ, ਆਈ ਐਮ ਲਿਵਿੰਗ ਇਨ ਦਾ ਕੋਰਟ। ਇੰਨੀ ਸੀ ਉਹਦੀ ਗੱਲ ਸਾਰੀ। ਜਦੋਂ ਉਹਨੇ ਇੰਨੀ ਗੱਲ ਕੀਤੀ, ਇਸ ਗੱਲ ਇੱਕ ਦੇਖੋ ਮਾੜੀ ਜਿਹੀ ਇੰਨੀ ਗੱਲ ਕਰਨ ਦਾ ਪ੍ਰਤਾਪ, ਉਸਨੇ ਕੋਈ ਆਊਟ ਆਫ ਦਾ ਵੇ ਜਾ ਕੇ ਕੋਈ ਵੱਡਾ ਕੰਮ ਨਹੀਂ ਕੀਤਾ ਵੀ ਬੱਚਿਆਂ ਨੂੰ ਪੈਸੇ ਦੇ ਕੇ ਮੈਂ ਘਰ ਲੈ ਜਾਂਦਾ। ਨੋ, ਹੀ ਡਿਡਨਟ ਡੂ ਐਨੀ ਅਦਰ ਫੇਵਰ ਫਾਰ ਸਾਹਿਬਜ਼ਾਦੇ, ਫਾਰ ਮਾਤਾ ਗੁਜਰੀ। ਜਸਟ ਹੀ ਸੈਡ ਟੂ ਵਜ਼ੀਰ ਖਾਂ ਦਿਸ ਇਜ਼ ਰਾਈਟ ਐਂਡ ਦਿਸ ਇਜ਼ ਰੋਂਗ, ਓਨਲੀ ਬਾਏ ਸੇਇੰਗ ਇਟ। ਅੱਜ ਤੱਕ ਵੀ ਮਲੇਰਕੋਟਲਾ ਆਬਾਦ ਹੈ। ਕੋਈ ਇੱਕ ਚਮਾ ਸਮਾਂ ਆਇਆ, ਇੱਕ ਤੋਂ ਬਾਅਦ ਇੱਕ ਸਮਾਂ ਆਉਂਦੇ ਰਹੇ, 47 ਤੱਕ ਵੀ ਆਇਆ। ਜਦੋਂ 47 ਦੇ ਵਿੱਚ ਚਾਰ ਛਪੇਰੇ ਹਾਲਤ ਬਣੀ ਪਈ, ਉਦੋਂ ਵੀ ਜੇ ਕੋਈ ਕਹਿੰਦਾ ਨਾ ਜੀ ਮੈਂ ਮਲੇਰਕੋਟਲੀ ਹਾਂ, ਸਾਰਾ ਪਿੰਡ ਇਕੱਠਾ ਹੋ ਕਹਿੰਦਾ ਮਲੇਰਕੋਟਲੇ ਤੋਂ ਹੱਥ ਨਾ ਲਾਇਆ ਜਾਂਦਾ। ਇਹ ਹੈ ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਹੈ ਸਾਧਾਰ। ਤੁਸੀਂ ਕਹਿੰਦੇ ਹੋ ਇੱਕ ਚੰਗਾ ਕੰਮ ਕਰਨ ਦਾ ਬਰਾਦਰੀ, ਪਰਿਵਾਰ, ਨਗਰ, ਗ੍ਰਾਂ, ਐਗਜ਼ਾਮਪਲਾਂ ਨੇ ਸਾਡੇ ਸਾਹਮਣੇ। ਐਂਡ ਵੀ ਕੈਨ ਗਿਵ ਸੋ ਮੈਨੀ ਐਗਜ਼ਾਮਪਲਸ, ਬਟ ਜਸਟ ਟਾਈਮ ਇਟ ਲਈ ਗਿਵਿੰਗ ਵਨ ਓਵਰ ਹੇਅਰ। ਅਗਲੀ ਪੰਕਤੀ 'ਤੇ ਆ ਜੀ, ਬਿਕੋਜ਼ ਟਾਈਮ ਇਜ਼ ਗੋਇੰਗ ਵੈਰੀ ਫਾਸਟ। ਮੰਨੈ ਤਰੈ ਤਾਰੇ ਗੁਰਸਿੱਖ, ਤਰੈ ਰਾਰੇ ਨੂੰ ਦੁਲਾਂ ਹੈ ਪਹਿਲਾਂ ਜਿਹੜੀ ਹੈ, ਅਤੇ ਫਿਰ ਤਾਰੇ ਉਹਦੇ 'ਤੇ ਇੱਕ ਲਾਂ ਹੈ, ਇਹਨੂੰ ਤਰੈ ਤਾਰੇ ਗੁਰਸਿੱਖ। ਜਿਹੜਾ ਗੁਰੂ ਹੈ ਉਸਨੇ ਸੱਚ ਦੇ ਉਸ ਰਾਹ ਨੂੰ ਅਡਾਪਟ ਕੀਤਾ, ਐਕਸਰਸਾਈਜ਼ ਕੀਤਾ, ਉਹਦੇ ਕਰਕੇ ਉਸਨੇ ਸੰਸਾਰ ਤੋਂ ਪਾਰ ਉਤਾਰੇ ਵਾਲਾ ਕੌਨਸੈਪਟ ਬਿਲਡ ਕਰ ਦਿੱਤਾ। ਜਿਹੜਾ ਸਿੱਖ ਉਹਦਾ ਡਿਸਾਈਪਲ ਆ, ਉਸੇ ਚੀਜ਼ ਨੂੰ ਫੋਲੋ ਕਰਕੇ ਉਸ ਚੀਜ਼ ਨੂੰ, ਉਸ ਥਿਊਰੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਉਸ ਚੀਜ਼ ਨੂੰ ਪ੍ਰਾਪਤ ਕਰ ਸਕਦਾ। ਐਗਜੈਕਟਲੀ ਇਹੋ ਚੀਜ਼ ਅਸੀਂ ਟ੍ਰਾਂਸਲੇਸ਼ਨ 'ਚ ਪੜ੍ਹ ਲੈਂਦੇ ਹਾਂ। ਨਾਮ ਵਿੱਚ ਮਨ ਪਤੀਜਨ ਕਰਕੇ ਸਤਿਗੁਰੂ ਵੀ ਆਪ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਇਹਨੇ ਵੇ ਵੀ ਗੁਰੂ ਨੇ ਉਸ ਚੀਜ਼ ਨੂੰ ਫੋਲੋ ਕੀਤਾ,
ਉਸੇ ਰੂਪ ਦੇ ਸਿੱਖਾਂ ਨੂੰ ਕਿਹਾ ਤੁਸੀਂ ਫੋਲੋ ਕਰ ਲਵੋ। ਸੋ ਵੈਨ ਵਨ ਇਜ਼ ਪ੍ਰੈਕਟੀਕਲੀ ਫੋਲੋਇੰਗ ਵਾਹਿਗੁਰੂਜ਼ ਪਾਥ, ਦੈਨ ਵਨ ਇਜ਼ ਏਬਲ ਟੂ ਅੰਡਰਸਟੈਂਡ ਦੈਟ ਗੁਰੂ ਹੈਜ਼ ਫੋਲੋਡ ਦਾ ਸੇਮ ਪਾਥ। ਬਾਬਾ ਜੀ ਨੇ ਐਗਜੈਕਟਲੀ, ਲੈਟ ਮੀ ਗਿਵ ਵਨ ਮੋਰ ਐਗਜ਼ਾਮਪਲ, ਕਿਉਂਕਿ ਟਰਾਂਸਲੇਸ਼ਨ ਜੇ ਹੁੰਦਾ ਕਈ ਵਾਰੀ ਸਾਨੂੰ ਐਗਜ਼ਾਮਪਲਸ ਜ਼ਿਆਦਾ ਅਪੀਲ ਕਰਦੀਆਂ ਨੇ। ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ ਨਾ, ਇੱਕ ਜਗ੍ਹਾ 'ਤੇ ਨਾ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਆਪਸ ਵਿੱਚ ਗੱਲ ਕਰ ਰਹੇ ਨੇ, ਅਤੇ ਭਾਈ ਮਰਦਾਨਾ ਜੀ ਗੁਰੂ ਬਾਬਾ ਜੀ ਨੂੰ ਪੁੱਛਦੇ ਨੇ, ਬਾਬਾ ਜੀ ਤੁਸੀਂ ਹਰ ਸਮੇਂ ਗੱਲ ਕਰਦੇ ਹੋ ਸ਼ਬਦ ਦੀ, ਸ਼ਬਦ ਦੀ, ਸ਼ਬਦ ਮੁਕਤੀ ਦਾ ਕਾਰਨ ਬਣੇਗਾ। ਆਪਾਂ ਪਿੱਛੇ ਐਗਜ਼ਾਮਪਲ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਦੀ ਪੜ੍ਹ ਕੇ ਆਏ ਸੀਗੇ ਕਿ ਜਿਹੜਾ ਹੈਗਾ ਸ਼ਬਦ ਚੀਨ, ਉਹ ਸ਼ਬਦ ਨੂੰ ਚੀਨਣ ਕਰਕੇ। ਮਹਾਰਾਜ ਇੱਕ ਤਾਂ ਸ਼ਬਦ ਉਹ ਆ ਜਿਹੜਾ ਸ਼ਬਦ ਤੁਸੀਂ ਸਮਾਧੀ ਆਸੀਨ ਹੁੰਦੇ ਹੋ ਅਤੇ ਮੈਨੂੰ ਕਹਿੰਦੇ ਹੋ ਮਰਦਾਨਿਆਂ ਰਬਾਬ ਦੀਆਂ ਤਰਬਾਂ ਸੁਰ ਕਰ ਛੋ, ਬਾਣੀ ਆਈ ਹੈ, ਐਂਡ ਦੈਨ ਯੂ ਰਿਸਾਈਟ ਗੁਰਬਾਣੀ, ਆਫਟਰਵਰਡ ਯੂ ਰਾਈਟ ਦੈਟ ਬਾਣੀ ਔਨ ਪੋਥੀ ਸਾਹਿਬ, ਐਂਡ ਦੈਨ ਹੇਅਰ ਐਂਡ ਦੇਅਰ ਯੂ ਯੂਜਲੀ ਸੇ ਟੂ ਮੀ, ਓਕੇ ਮਰਦਾਨਾ ਜੀ ਡੂ ਦਿਸ ਬਾਣੀ ਇਜ਼ ਕੀਰਤਨ, ਐਂਡ ਆਈ ਡੂ ਦੈਟ ਗੁਰਬਾਣੀ ਇਜ਼ ਕੀਰਤਨ। ਦੈਟ ਇਜ਼ ਵਨ ਸ਼ਬਦ, ਇੱਕ ਸ਼ਬਦ ਤਾਂ ਹੋਏ ਜਿਹੜੀ ਤੁਹਾਨੂੰ ਆਮਦ ਹੁੰਦੀ, ਤੁਸੀਂ ਮੈਨੂੰ ਗਾਉਣ ਲਈ ਕਹਿੰਦੇ, ਮੈਂ ਗਾਉਂਦਾ ਕੀਰਤਨ ਹੁੰਦਾ। ਜੇ ਤਾਂ ਉਹ ਸ਼ਬਦ ਹੈ ਫਿਰ ਤਾਂ ਠੀਕ ਹੈ, ਪਰ ਜੇ ਕੋਈ ਹੋਰ ਸ਼ਬਦ ਹੈ ਜਿਹੜਾ ਮੈਨੂੰ ਨਹੀਂ ਪਤਾ ਅਜੇ ਤੱਕ, ਅਤੇ ਬਾਬਾ ਜੀ ਕੋਈ ਮੈਨੂੰ ਵੀ ਦੱਸ ਦਿਓ, ਮੈਂ ਤੁਹਾਡੇ ਨਾਲ ਤੁਰਿਆ ਫਿਰਦਾ, ਮੇਰੇ ਪਤਾ ਮੈਨੂੰ ਪਤਾ ਹੀ ਨਾ ਲੱਗੇ। ਅਤੇ ਬਾਬਾ ਜੀ ਹੱਸਦੇ ਨੇ ਅਤੇ ਹੱਸ ਕੇ ਕਹਿੰਦੇ ਨੇ, ਮਰਦਾਨਿਆ ਸੰਸਾਰ ਇਸੇ ਭੁਲੇਖੇ 'ਚ ਤੁਰਿਆ ਫਿਰਦਾ, ਇਹਦੇ 'ਚ ਵੀ ਬਾਹਰ ਕੱਢਣਾ ਸੀ। ਕੋਈ ਇਹੋ ਜਿਹੀ ਕੋਈ ਕੀ ਨਹੀਂ ਹੈ, ਕੋਈ ਵਿਚਲੀ ਚੀਜ਼ ਨਹੀਂ ਹੈ ਜਿਹੜੀ ਲੁਕੀ ਛੁਪੀ ਹੈ, ਉਹ ਕਿਤੋਂ ਲੱਭੇਗੀ? ਅਤੇ ਫਿਰ ਗੁਰੂ ਇਜ਼ ਵੈਰੀ ਕ੍ਰਿਸਟਲ ਕਲੀਅਰ ਟੂਵਰਡ ਦੈਟ ਸਾਈਡ। ਗੁਰੂ ਇਜ਼ ਸੇਇੰਗ ਆਈ ਫੋਲੋ ਦਾ ਸੇਮ ਪਾਥ ਐਂਡ ਗੋਟ ਦੀਜ਼ ਰਿਜ਼ਲਟਸ, ਐਂਡ ਇਫ ਯੂ ਵਾਂਟ ਟੂ ਬੀ ਮਾਈ ਡਿਸਾਈਪਲ ਦੈਨ ਫੋਲੋ ਦਾ ਸੇਮ ਪਾਥ, ਇਫ ਆਈ ਗੋਟ ਇਟ ਯੂ ਕੈਨ ਗੈਟ ਇਟ। ਹੇਅਰ ਦ ਵਨ ਇਜ਼ ਏਬਲ ਟੂ ਅੰਡਰਸਟੈਂਡ ਦੈਟ ਗੁਰੂ ਹੈਜ਼ ਫੋਲੋਡ ਦਾ ਸੇਮ ਪਾਥ ਵਿਚ ਗੁਰੂ ਇਜ਼ ਸ਼ੋਇੰਗ ਟੂ ਹਿਸ ਡਿਸਾਈਪਲਸ, ਜਿਹੜਾ ਉਹੀ ਉਹਨਾਂ ਨੂੰ ਦਿਖਾ ਰਿਹਾ ਹੈ, ਮੰਨੈ ਤਰੈ ਮੰਨਣ ਕਰਕੇ ਗੁਰੂ ਤਰ ਗਿਆ, ਤਾਰੇ ਗੁਰਸਿੱਖ ਉਹਦੇ ਸਦਕਾ ਹੀ ਆਪਣੇ ਸਿੱਖਾਂ ਨੂੰ ਉਹ ਤਾਰਨ ਦੀ ਸਮਰੱਥਾ ਰੱਖਦਾ ਹੈ। ਹੋਪਫੁਲੀ ਬਾਤ ਪਕੜ ਚਾਈ ਹੋਏਗੀ। ਐਗਜ਼ਾਮਪਲ ਤੌਰ 'ਤੇ ਜੇ ਬਾਤ ਕਰਾਂ ਤਾਂ ਇਹਦੇ 'ਚ ਇਸ ਤਰ੍ਹਾਂ ਜਾਣਾ, ਅਹਿਤ ਲੰਮਾ ਚੌੜਾ ਬਚਨ ਹੈ, ਟੂਕ ਮਾਤਰੀ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮਜਾਇਆ, ਮੈਂ ਵਾਰਦਾ ਉਹਨਾਂ ਤੋਂ ਆਪਣਾ ਆਪਾਂ, ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ, ਉਹ ਆਪ ਛੁੱਟ ਗਏ ਅਤੇ ਸਾਰਾ ਸੰਸਾਰ। ਐਗਜ਼ਾਮਪਲੀ ਲੈਵਲ 'ਤੇ ਬਾਤ ਕਰ ਦਿੰਦਾ ਵਾਂ, ਦੇਖੋ ਚੀਜ਼ਾਂ ਸਾਡੇ ਸਾਹਮਣੇ, ਮਤਲਬ ਮੈਂ ਬੇਨਤੀ ਕਰਦਾ ਬੱਚਿਆਂ ਦੇ ਨਾਲ ਵਾਇੰਡ ਅਪ ਕਰ ਸਕਦੇ, ਇੱਕੋ ਮਿੰਟ ਲੈ ਕੇ। ਲੋਕ ਕਹਿੰਦੇ ਨੇ ਬੀ ਫਰੈਂਡ ਵਿਦ ਯੂਰ ਕਿਡਸ, ਸੋਰੀ ਇਟਸ ਰੋਂਗ, ਟਰਾਈ ਟੂ ਅਪਰੋਚ ਟੂ ਯੂਰ ਕਿਡਸ ਇਨ ਏ ਫਰੈਂਡਲੀ ਵੇ, ਨੋਟ ਬੀ ਏ ਫਰੈਂਡ ਵਿਦ ਯੂਰ ਕਿਡਸ, ਨੋ, ਬੀ ਪੇਰੈਂਟਸ ਵਿਦ ਯੂਰ ਕਿਡਸ। ਕੈਨ ਨੋਟ ਫਾਈਂਡ ਪੇਰੈਂਟਸ ਐਨੀ ਵੇਅਰ ਇਨ ਦਾ ਵਰਲਡ, ਗਿਵਨ ਟੂ ਯੂ, ਯੂ ਹੈਵ ਟੂ ਐਕਸਰਸਾਈਜ਼ ਇਟ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਜੇ ਫਰੈਂਡਲੀ ਹੋਣਾ ਅਤੇ ਫਰੈਂਡ ਹੋਣਾ ਇਟਸ ਏ ਬਿਗ ਡਿਫਰੈਂਸ। ਫਰੈਂਡ ਤੁਸੀਂ ਨਹੀਂ ਬਣਨਾ, ਤੁਸੀਂ ਫਰੈਂਡਲੀ ਉਹਨਾਂ ਨਾਲ ਅਪਰੋਚ ਜ਼ਰੂਰ ਅਡਾਪਟ ਕਰੋ, ਪਰ ਬੀਂਗ ਅਥੋਰਿਟੀ ਤੁਹਾਡਾ ਵਰਕ ਬਣਨਾ ਉੱਥੇ। ਜਿਹੜੀ ਗੱਲ ਹੋ ਰਹੀ ਹੈ ਇੱਥੇ ਪਰਿਵਾਰ ਹੈ ਸਾਧਾਰਨ, ਹਾਂ ਬੱਚਿਆਂ ਨੂੰ ਫਰੈਂਡ ਬਣਾਉਣ 'ਚ ਮਦਦ ਕਰੋ, ਐਗਜ਼ਾਮਪਲਰੀ ਤੌਰ 'ਤੇ ਤੁਸੀਂ ਉਹਨਾਂ ਦੀਆਂ ਅੱਖਾਂ ਬਣੋ, ਕੰਨ ਬਣੋ, ਉਹਨਾਂ ਨੂੰ ਹੌਲੀ ਹੌਲੀ ਉਸ ਪਾਸੇ ਲੈ ਕੇ ਜਾਓ, ਆਪ ਐਥੀਕਲੀ ਸਟਰੋਂਗ ਹੋਵੋ। ਬੱਚਿਆਂ ਨੂੰ ਮੋਸਟਲੀ ਮੈਂ ਕਹਿੰਦਾ ਵਾਂ, ਡੂ ਵਟ ਆਈ ਸੇ, ਡੂ ਨੋਟ ਫੋਲੋ ਵਟ ਆਈ ਡੂ। ਉਹ ਕਿਡਸ ਕਹਿੰਦੇ ਨੋ 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 ਨੋ, ਯੂ ਆਰ ਸੇਇੰਗ ਰੋਂਗ ਵੇ, ਵੀ ਗੋਨਾ ਡੂ ਵਟ ਐਵਰ ਯੂ ਆਰ ਡੂਇੰਗ, ਵੀ ਆਰ ਨੋਟ ਗੋਨਾ ਫੋਲੋ ਵਟ ਐਵਰ ਯੂ ਆਰ ਸੇਇੰਗ। ਇੱਥੋਂ ਮਸਲਾ ਖੜਾ, ਤੈਨੂੰ ਕਿੰਨੀ ਵਾਰੀ ਕਿਹਾ ਆ, ਉਹ ਕਹਿੰਦੇ ਕਹੇ ਤਾਂ ਆਪਾਂ ਸੁਣਨਾ ਹੀ ਨਹੀਂ, ਹੂ ਕੇਅਰ ਅਬਾਊਟ ਕਹੇ, ਆਈ ਵਿਲ ਫੋਲੋ ਵਟ ਆਈ ਸੀ।
ਗੁਰੂ ਮਹਾਰਾਜ ਨੇ ਕਿਹਾ ਇਸ ਤੋਂ ਵਧੀਆ ਮਾਡਲ ਕੀ ਮਿਲੇਗਾ। ਆਪ ਗੁਰੂ ਨੇ ਕੀਤਾ, ਸਾਨੂੰ ਸਿਖਾ ਦਿੱਤਾ, ਉਹ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਗੁਰ ਪਿਆਰੇ ਹਰ ਸੇਵਿਆ, ਗੁਰ ਧੰਨ ਗੁਰ ਧੰਨੋ, ਇੱਥੋਂ ਬੰਦਾ ਕਹਿੰਦਾ ਗੁਰੂ ਧੰਨ ਹੀ ਹੈ, ਵਾਹਿਗੁਰੂ ਕਮਾਲ। ਇਸ ਤੋਂ ਬੈਸਟ ਕੀ ਕੋਈ ਸਿੱਖੇਗਾ, ਕੀ ਸਿਖਾਏਗਾ? ਬੈਸਟ ਮੈਥਡ, ਬੈਸਟ ਮੈਥਡੋਲੋਜੀ ਗੁਰੂ ਸਾਹਿਬ ਦੇ ਕੇ ਗਏ। ਕਿਆ ਜੋ ਗੁਰ ਜੋ ਗੁਰਸਿੱਖ ਗੁਰਸੇਮ ਦੇ ਸੋ ਪੁੰਨ ਪ੍ਰਾਣੀ, ਆਪਾਂ ਨਾ ਚੰਗੇ ਲੋਕਾਂ ਨੂੰ ਲੱਭ ਰਿਹਾ। ਮੈਂ ਕਹਿੰਦਾ ਚੰਗੇ ਖੁਦ ਬਣੋ, ਤੁਹਾਡੇ ਤੋਂ ਵਧੀਆ ਬੱਚੇ ਕਹਿਣ ਮਾਈ ਡੈਡ ਇਜ਼ ਐਂਜਲ ਫਰ ਮੀ, ਹਾਊਜ਼ ਦੈਟ, ਦੈਨ ਡੈਫੀਨੇਟਲੀ ਯੋਰ ਹਾਊਸ ਹੋਲਡ ਇਜ਼ ਹੈਵਨ। ਟੇਕ ਦੈਟ ਪ੍ਰਾਈਡ, ਇਨ ਹੈਵਨ ਯੂ ਕੈਨ ਫਾਈਂਡ ਆਊਟ ਐਂਜਲਸ। ਇਹ ਜੀ ਗ੍ਰੇਟੈਸਟ ਮੈਸੇਜ ਹੈ ਤੁਹਾਡੇ ਵਾਸਤੇ। ਮੰਨੇ ਨਾਨਕ ਭਵੇਂ ਨਾ ਭਿੱਖਾ ਹੀ, ਸਾਰੇ ਭਿੱਖੇ ਹੀ ਮੰਗਦੇ ਫਿਰਦੇ ਆ, ਚਾਰ ਚੁਪਰੇ ਅਤੇ ਪਾਉਂਦੇ ਫਿਰਦੇ ਹਾਂ, ਇੱਥੋਂ ਮਿਲ ਜਾਵੇ, ਇੱਥੋਂ ਮਿਲ ਜਾਵੇ, ਇੱਥੋਂ ਮਿਲ ਜਾਵੇ, ਸੁੱਖ ਸਕੂਨ ਸ਼ਾਂਤੀ ਸਭ ਕੁਛ। ਬਾਬਾ ਜੀ ਕਹਿੰਦੇ ਇਫ ਵਨ ਇਜ਼ ਰੈਡੀ ਟੂ ਫੋਲੋ ਦਿਸ ਪਾਥ, ਮੈਂ ਗਰੰਟੀ ਕਰਦਾ ਤੁਹਾਨੂੰ ਭਿਖਾਰੀ ਬਣ ਕੇ ਤੁਰਨ ਦੀ ਲੋੜ ਨਹੀਂ ਬਣੇਗੀ। ਬੀ ਯੂਰ ਓਨ ਟੀਚਰ, ਬੀ ਯੂਰ ਓਨ ਪ੍ਰੋਫਿਟ, ਬੀ ਯੂਰ ਓਨ ਕਿੰਗ, ਬੀ ਯੂਰ ਓਨ ਗਿਵਰ। ਇੱਥੇ ਕਿਹਾ ਨਾਮ ਵਿੱਚ ਮਨ ਜੁੜਨ ਕਰਕੇ ਹੀ ਨਾਨਕ ਮਨੁੱਖ ਧਿਰ ਧਿਰ ਦੀ ਮੁਹਤਾਜੀ ਛੱਡ ਦਿੰਦਾ ਹੈ। ਕਿਹਾ ਗਿਆ ਵੈਨ ਵਨ ਇਜ਼ ਪ੍ਰੈਕਟੀਕਲੀ ਫੋਲੋਇੰਗ ਦ ਪਾਥ ਆਫ ਬਾਈਬਲ, ਦੈਨ ਵਨ ਡਜ਼ਨਟ ਵਾਂਡਰ ਡੋਰ ਟੂ ਡੋਰ ਫਰ, ਯੂ ਕੈਨ ਸੇ ਸਮ ਸੋਰਟ ਆਫ ਆਰਮਸ। ਉਸ ਰੂਪ ਦੇ ਵਿੱਚ ਅਗਲੀਆਂ ਪੰਕਤੀਆਂ ਦੀ ਅਤੇ ਇਹਦੀ ਵਿਵੇਚਨਾ ਦੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬੜਾ ਧੰਨਵਾਦ ਤੁਹਾਡਾ ਸਰੋਤ ਕਰਨ ਵਾਸਤੇ, ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਵਧੀਆ ਸਾਨੂੰ ਮੌਕਾ ਦਿੰਦੇ ਹੋ ਇਸ ਪਾਵਨ ਬਾਣੀ ਨੂੰ ਸਮਝ ਸਕਣ ਦਾ। ਇੰਨੀਆਂ ਕੁ ਬਿੰਦੀਆਂ ਨੇ ਲਿਖੇ ਮਾਂ, ਜੇ ਯੂਟਿਊਬ ਚੈਨਲ ਫੋਲੋ ਨਹੀਂ ਕੀਤਾ ਪਲੀਜ਼ ਫੋਲੋ ਇਟ, ਕੱਲ੍ਹ ਨੂੰ ਟਰਾਈ ਕਰਾਂਗੇ ਉਸ ਸਕਰੀਨ ਵੀ ਤੁਹਾਡੇ ਕੋਲ ਮੌਜੂਦ ਹੋਏ। ਬੱਚੇ ਹੂ ਐਕਚੁਲੀ ਆਰ ਨੋਟ ਏਬਲ ਟੂ ਰੀਡ ਔਰ ਰਿਸਾਈਟ ਗੁਰਮੁਖੀ ਪ੍ਰੋਪਰਲੀ, ਪਲੀਜ਼ ਬ੍ਰਿੰਗ ਦੈਮ ਟੂ, ਬਿਕੋਜ਼ ਦੈਟ ਵੇ ਦੇ ਕੈਨ ਗੈਵ ਦੇ ਕੈਨ ਗੈਟ ਲਿਟਲ ਬਿਟ ਕਨੈਕਸ਼ਨ ਟੂ ਵਰਡ ਦਿਸ ਬਾਣੀ, ਐਂਡ ਦਿਸ ਇਜ਼ ਅਵਰ ਨਿਤਨੇਮ ਬਾਣੀ, ਐਵਰੀ ਡੇਜ਼ ਪ੍ਰੇਅਰ। ਸੋ ਇਹੀ ਸਾਡਾ ਮੇਨ ਪਰਪਜ਼ ਦੇ ਵਿੱਚ ਉਹਨਾਂ ਨੂੰ ਅੰਗੇਜ ਕਰਨ ਦਾ। ਇੰਨੀਆਂ ਕੁ ਬਿੰਦੀਆਂ ਨਾਲ ਖਿਮਾ ਪੁਨਾ ਗਲਤੀਆਂ ਨਾ ਚਿਤਾਰਿਓ। ਲਾਸਟ ਵਾਲੀਆਂ ਪੰਕਤੀਆਂ ਇੱਕ ਵਾਰੀ ਫਿਰ ਅਸੀਂ ਪੜ੍ਹ ਲਈਏ ਕਿ ਜਿਹਦੇ ਵਿੱਚ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ, ਆਪਾਂ ਇਕੱਠਿਆਂ ਨੇ ਪੜ੍ਹਨੀਆਂ ਨੇ, ਫਿਰ ਨਾਲ ਹੀ ਫਤਿਹ ਦੀ ਸਾਂਝ ਕਰ ਦੇਣੀ ਹੈ ਜੀ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਵਾਹਿਗੁਰੂ।